ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਵਿਰੋਧੀ ਨੇ ਉਹ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੀ ਦੇਣ। ਇਹੀ ਗੱਲ ਉਹ ਐਮਰਜੈਂਸੀ ਫਿਲਮ 'ਚ ਕਰੂਗੀ, ਕਿਉਂਕਿ ਉੱਥੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਿਖਾਇਆ ਔਰ ਇੱਕ ਡਾਇਲੋਗ ਸੁਣਾਈ ਦਿੰਦਾ ਕਿ ਆਪਕੋ ਵੋਟ ਚਾਹੀਏ ਔਰ ਹਮੇ ਖਾਲਿਸਤਾਨ। ਉਹ ਹੋ ਸਕਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮੂੰਹੋਂ ਬੁਲਾਇਆ ਹੋਵੇ ਜਾਂ ਕਿਸੇ ਹੋਰ ਸਿੱਖ ਦੇ ਮੂੰਹੋਂ ਬੁਲਾਇਆ ਹੋਵੇ। ਇਹ ਗੱਲ ਪੜ੍ਹੀ ਆ ਅਸੀਂ ਅਤੇ ਸੁਣੀ ਆ ਕਿ ਖਾਲਿਸਤਾਨ ਜਿਹੜਾ ਸ਼ਬਦ ਆ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਨਹੀਂ ਵਰਤਿਆ, ਉਹਨਾਂ ਨੇ ਕਿਤੇ ਨਹੀਂ ਇਹ ਸ਼ਬਦ ਵਰਤਿਆ ਹੈ ਨਾ ਕਿ ਸਾਨੂੰ ਚਾਹੀਦਾ ਜਾਂ ਅਸੀਂ ਬਣਾਉਣਾ। ਉਹ ਇਹ ਕਹਿੰਦੇ ਹੁੰਦੇ ਵੀ ਜੇ ਅਕੇ ਵੀ ਜੇ ਦੇ ਦੂਗੀ ਸਰਕਾਰ ਤਾਂ ਅਸੀਂ ਨਾਂਹ ਨਹੀਂ ਕਰਦੇ, ਹਾਂ ਮਨਾ ਨਹੀਂ ਕਰਦੇ। ਖਦਸ਼ਾ ਹੈ ਖਾਸ ਤੌਰ 'ਤੇ ਸਿੱਖਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਕਿ ਸਿੱਖਾਂ ਦੀ ਇਮੇਜ ਨੂੰ ਡੈਂਟ ਪਾਉਣ ਵਾਲੀ ਫਿਲਮ ਹੋਊ ਕੰਗਨਾ? ਬਿਲਕੁਲ ਜੀ, ਇਸੇ ਕਰਕੇ ਹੀ ਅਸੀਂ ਬੋਲ ਰਹੇ ਹਾਂ। ਤੁਸੀਂ ਜਦੋਂ ਟਵੀਟ ਕੀਤਾ ਤਾਂ ਰਾਈਟ ਵਿੰਗ ਵਾਲਿਆਂ ਨੇ ਟ੍ਰੋਲ ਵੀ ਕੀਤਾ ਤੁਹਾਨੂੰ? ਬਹੁਤ ਜ਼ਿਆਦਾ ਜੀ, ਬਹੁਤ ਹਜ਼ਾਰਾਂ ਦੀ ਗਿਣਤੀ 'ਚ ਮੈਨੂੰ ਗਾਲਾਂ ਦਿੱਤੀਆਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗਾਲਾਂ ਦਿੱਤੀਆਂ ਬਹੁਤ। ਅਸਲ ਦੇ ਵਿੱਚ ਕੰਗਨਾ ਰਾਣਾਵਤ ਦੀ ਜਿਹੜੀ ਸ਼ਖਸੀਅਤ ਆ ਉਹ ਇੰਨੀ ਕੁ ਜ਼ਿਆਦਾ ਮਤਲਬ ਉਹ ਪੰਗੇ ਪਾਊ ਔਰਤ ਕੰਟਰੋਵਰਸ਼ੀਅਲ ਆ ਉਹ ਕਿ ਉਹਦੇ 'ਤੇ ਸਾਨੂੰ ਯਕੀਨ ਨਹੀਂ ਗਾ ਕਿ ਉਹਨੇ ਕੋਈ ਵੀ ਗਲਤ ਗੱਲ ਕੀਤੀ ਹੋ ਸਕਦੀ ਔਰ ਕਿਸੇ ਵੀ ਹੱਦ ਤੱਕ ਗਈ ਹੋ ਸਕਦੀ ਆ ਉਹ। ਐਮਰਜੈਂਸੀ ਇੱਕ ਦੌਰ ਸੀ, ਇੱਕ ਟਾਈਮ ਸੀਗਾ ਇੰਦਰਾ ਗਾਂਧੀ ਦੀ ਕਾਂਗਰਸ ਗੌਰਮੈਂਟ ਦੇ ਅੰਦਰ, ਉਸ ਵਿਸ਼ੇ 'ਤੇ ਫਿਲਮ ਬਣਾਉਣ ਦਾ ਜਿਹੜਾ ਕੰਗਨਾ ਰਾਣਾਵਤ ਦਾ ਜਿਹੜਾ ਨਜ਼ਰੀਆ ਉਹ ਇਹ ਹੈ ਕਿ ਉਹ ਇੱਕ ਤੀਰ ਨਾਲ ਬਹੁਤ ਸ਼ਿਕਾਰ ਕਰਨਾ ਚਾਹੁੰਦੀ ਆ, ਉਹ ਬੀਜੇਪੀ ਦੀ ਲੀਡਰ ਉਹ ਇੰਦਰਾ ਗਾਂਧੀ 'ਤੇ ਵੀ ਤਵਾ ਲਾਉਣਾ ਚਾਹੁੰਦੀ ਹੈ, ਪਰ ਨਾਲ ਦੀ ਨਾਲ ਉਹ ਇੰਦਰਾ ਗਾਂਧੀ ਦੀ ਸ਼ਖਸੀਅਤ ਦੀ ਫੈਨ ਵੀ ਆ, ਐਜ਼ ਐਕਟਰ ਉਹਨਾਂ ਦੀ ਭੂਮਿਕਾ ਨਿਭਾਉਣਾ ਵੀ ਚਾਹੁੰਦੀ ਹੈ। ਫੈਨ ਆ ਜਿਹੜੀ ਉਹ ਇੱਥੋਂ ਪਤਾ ਲੱਗਦਾ ਕਿ ਜਦੋਂ ਕਿਸਾਨ ਅੰਦੋਲਨ ਵੇਲੇ ਮੋਦੀ ਹੋਰਾਂ ਨੂੰ ਉਹਨੇ ਕਿਹਾ ਸੀ ਕਿ ਮੋਦੀ ਸਾਹਿਬ ਇਨਕੋ ਵਹੀ ਸਜ਼ਾ ਦਿਓ ਵੈਸੇ ਕੁਚਲੋ ਜੈਸੇ ਇੰਦਰਾ ਗਾਂਧੀ ਨੇ 1984 ਮੇਂ ਕੁਚਲਾ ਥਾ। ਮੈਨੂੰ ਇਸ ਗੱਲ ਦਾ ਡਰ ਹੈ ਕਿ ਜੇ ਫਿਲਮ ਰਿਲੀਜ਼ ਹੋਈ ਇਸ ਤਰੀਕੇ ਨਾਲ ਹੀ ਤਾਂ ਉਹਦਾ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਉੱਠਣਗੀਆਂ, ਫਿਰ ਪੁਲਿਸ ਲਾਈ ਜਾਊਗੀ ਉਹਨਾਂ 'ਤੇ, ਲਾਠੀਚਾਰਜ ਹੋਊਗਾ, ਫਿਰ ਉਹ ਪੁਲਿਸ ਦਾ ਵਿਰੋਧ ਕਰਨਗੇ ਅਤੇ ਪੂਰੇ ਇੰਡੀਆ ਦੇ ਵਿੱਚ ਫਿਰ ਇਹ ਗੱਲ ਜਾਊਗੀ ਕਿ ਦੇਖੋ ਜੀ ਸਿੱਖ ਬੜੇ ਮਾੜੇ ਨੇ। ਸੈਂਸਰ ਦੀ ਤੁਸੀਂ ਦੋਗਲੀ ਨੀਤੀ ਦੇਖੋ ਕਿ ਇੱਕ ਪਾਸੇ ਉਹ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਦੀ ਹੈ ਉਹਨੂੰ ਪਾਸ ਨਹੀਂ ਕਰਦੇ, ਉਹਦੇ 50-50 ਕੱਟ ਦਿੰਦੇ ਨੇ, ਅਤੇ ਦੂਜੇ ਪਾਸੇ ਉਹ ਐਮਰਜੈਂਸੀ ਦਾ ਟ੍ਰੇਲਰ ਆ ਜਿਹੜਾ ਉਹ ਜਿਹੜਾ ਸ਼ਰੇਆਮ ਹੀ ਪਹਿਲੀ ਨਜ਼ਰੇ ਦੇਖਦੇ ਹੀ ਪਤਾ ਲੱਗਦਾ ਕਿ ਬਹੁਤ ਕੰਟਰੋਵਰਸ਼ੀਅਲ ਅਤੇ ਬਹੁਤ ਰੌਲਾ ਪੈਣਾ ਆਉਣ ਵਾਲੇ ਟਾਈਮ, ਉਹਨੂੰ ਆਰਾਮ ਨਾਲ ਪਾਸ ਕਰ ਦਿੰਦੇ। ਕੰਗਣਾ ਦੀਆਂ 8-9 ਫਿਲਮਾਂ ਪਹਿਲਾਂ ਫਲਾਪ ਨੇ, ਐਮਰਜੈਂਸੀ ਵੀ ਫਲੋਪ ਰਹਿਣੀ ਹੈ, ਪੰਜਾਬੀਆਂ ਨੇ ਇਹਦਾ ਵੈਸੇ ਵੀ ਵਿਰੋਧ ਕਰਨਾ। ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਦਾ ਵਿਰੋਧ ਹੋਵੇ ਔਰ ਵਿਰੋਧ ਹੋਣ ਕਰਕੇ ਸੁਰਖੀਆਂ 'ਚ ਆ ਜਾਵੇ ਔਰ ਫਿਲਮ ਹਿੱਟ ਹੋ ਜਾਵੇ, ਇਹ ਵੀ ਇੱਕ ਸਟ੍ਰੈਟੇਜੀ ਹੁੰਦੀ ਹੈ ਵੈਸੇ? ਸਟ੍ਰੈਟੇਜੀ ਤਾਂ ਹੁੰਦੀ ਆ, ਬਟ ਜਿੰਨੇ ਹਿਮਾਚਲ ਦੇ ਮੁੰਡੇ ਕੁੜੀਆਂ ਫਿਲਮ ਇੰਡਸਟਰੀ 'ਚ ਜਾਂਦੇ ਆ, ਮਾਡਲਿੰਗ 'ਚ ਜਾਂਦੇ ਆ, ਉਹਨਾਂ ਨੇ ਹਿਮਾਚਲ 'ਚੋਂ ਉੱਠ ਕੇ ਆ ਕੇ ਚੰਡੀਗੜ੍ਹ ਬੈਠਣਾ ਹੁੰਦਾ, ਚੰਡੀਗੜ੍ਹ ਉਹਨਾਂ ਦੀ ਪਹਿਲੀ ਕਰਮ ਭੂਮੀ ਬਣਦਾ, ਉਸ ਤੋਂ ਬਾਅਦ ਫਿਰ ਬੋਂਬੇ ਜਾਂਦੇ ਆ। ਕੰਗਣਾ ਰਾਣਾਵਤ ਵੀ ਪੰਜਾਬ 'ਚ ਰਹੀ ਆ, ਚੰਡੀਗੜ੍ਹ 'ਚ ਰਹੀ ਆ, ਪੰਜਾਬੀਆਂ ਦੇ ਨਾਲ ਉਹਦੇ ਸੰਪਰਕ 'ਚ ਰਹੀ ਹੈ, ਇਹਦੇ ਬਾਵਜੂਦ ਵੀ ਉਹ ਪੰਜਾਬੀਆਂ ਨੂੰ ਇੰਨੀ ਨਫ਼ਰਤ ਕਰਦੀ ਹੈ, ਇਹ ਗੱਲ ਮੈਨੂੰ ਨਹੀਂ ਸਮਝ ਆਈ, ਮਤਲਬ ਵੀ ਇੰਨੀ ਢੀਠ ਕਿਉਂ ਆ, ਇੰਨਾ ਮਤਲਬ ਉਹਦੇ ਅੰਦਰ ਕਿਹੜਾ ਜ਼ਹਿਰ ਭਰਿਆ ਹੋਇਆ।
ਤੁਸੀਂ ਇੱਕ ਫਿਲਮ ਮੇਕਰ ਹੋ ਜੀ ਗਿੱਲ ਸਾਹਿਬ, ਜਦੋਂ ਤੁਸੀਂ ਫਿਲਮ ਪਿਛਲੀਆਂ ਤੁਹਾਡੀਆਂ ਫਿਲਮਾਂ ਬਣਾਈਆਂ ਭਾਵੇਂ ਜੋਰਾ ਜਾਂ ਹੋਰ ਵੀ ਫਿਲਮਾਂ ਬਣਾਈਆਂ, ਤੁਸੀਂ ਕਿਸੇ ਬੰਦੇ ਦੇ ਖਿਲਾਫ਼ ਜਾਂ ਕਿਸੇ ਖਾਸ ਕਮਿਊਨਿਟੀ ਦੇ ਖਿਲਾਫ਼ ਕੁਛ ਵੀ ਸੋਚੋ, ਉਹ ਤੁਸੀਂ ਤੁਹਾਡੇ 'ਤੇ ਹੁੰਦਾ ਕਿ ਤੁਸੀਂ ਉਹਨੂੰ ਕਿੰਨਾ ਕੁ ਦਿਖਾਉਣਾ, ਕਿਸ ਤਰੀਕੇ ਨਾਲ ਦਿਖਾਉਣਾ, ਔਰ ਇਹਦੇ ਪਿਛਲੀ ਰਾਜਨੀਤੀ ਨੂੰ ਕਿਵੇਂ ਸਮਝਾਓਗੇ ਤੁਸੀਂ ਜਾਂ ਕਿਵੇਂ ਤੁਸੀਂ ਇਹ ਜਿਹੜੀ ਜਿਹੜੀ ਸਿਨੇਮੇ ਦੀ ਰਾਜਨੀਤੀ ਹੁੰਦੀ ਹੈ ਨਾ, ਉਹ ਸਿੱਧੀ ਨਹੀਂ ਹੁੰਦੀ। ਮੇਰੀ ਮਰ ਜਾਣੇ ਔਰ ਜੋਰਾ 10 ਨੰਬਰੀਆਂ ਸਾਰੀਆਂ ਹੀ ਫਿਲਮਾਂ ਮੇਰੀਆਂ ਰਾਜਨੀਤਿਕ ਨੇ, ਕਿਉਂਕਿ ਉਹਦੇ ਵਿੱਚ ਜੋਰਾ ਦਾ ਤਾਂ ਟੈਗਲਾਈਨ ਹੀ ਇਹ ਸੀ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ। ਕਿੰਨਾ ਕੁ ਨੈਰੇਟਿਵ ਬਿਲਡ ਕਰਨ ਦੇ ਵਿੱਚ ਫਿਲਮਾਂ ਤੁਸੀਂ ਮੰਨਦੇ ਹੋ ਕਿ ਵਾਕਈ ਯੋਗਦਾਨ ਪਾਉਂਦੀਆਂ, ਜਾਂ ਜਿਹੜਾ ਬੰਦੇ ਨੇ ਆਪਦੀ ਗੱਲ ਕਹਿਣੀ ਹੁੰਦੀ ਹੈ ਇੱਕ ਫਿਲਮ ਦੇ ਜ਼ਰੀਏ ਉਹ ਕਹਿ ਪਾਉਂਦੇ। ਪ੍ਰੋ ਪੰਜਾਬ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਸਿਨੇਮਾ ਬਾਰੇ ਕਿਹਾ ਜਾਂਦਾ ਕਿ ਜਿਹੜੇ ਲੋਕ ਜਾਂ ਜਿਹੜਾ ਥੋਟ ਪਾਵਰਫੁੱਲ ਹੁੰਦਾ, ਪਾਵਰ 'ਚ ਆਉਂਦਾ, ਉਹ ਆਪਣੇ ਹਿਸਾਬ ਦੇ ਨਾਲ ਸਿਨੇਮੇ ਨੂੰ ਅੱਗੇ ਵਧਾਉਂਦਾ, ਔਰ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਠੀਕ ਲੱਗਦੀਆਂ, ਦਰੁਸਤ ਲੱਗਦੀਆਂ, ਜਾਂ ਜਿਹੜੀ ਵਿਚਾਰਧਾਰਾ ਉਹਨਾਂ ਨੂੰ ਠੀਕ ਲੱਗਦੀ, ਆਪਣੀ ਵਿਚਾਰਧਾਰਾ ਦੇ ਮੁਤਾਬਕ ਉਹ ਚੀਜ਼ਾਂ ਨੂੰ ਅੱਗੇ ਫੈਲਾਉਂਦੇ ਆ, ਭਾਵੇਂ ਚੀਜ਼ਾਂ ਤੋੜ ਮਰੋੜ ਕੇ ਪੇਸ਼ ਕਰਨੀਆਂ ਹੋਣ ਜਾਂ ਜਿੱਦਾਂ ਮਰਜ਼ੀ। ਤਾਂ ਇਸੇ ਤਰੀਕੇ ਨਾਲ ਚਰਚਾ ਹੋ ਰਹੀ ਹੈ ਕੰਗਨਾ ਰਣੌਤ ਦੀ ਫਿਲਮ ਆ ਰਹੀ ਹੈ ਐਮਰਜੈਂਸੀ, ਜਿਹਦੇ ਉੱਪਰ ਵਿਵਾਦ ਵੀ ਛਿੜਿਆ ਹੋਇਆ ਜਦੋਂ ਦਾ ਟ੍ਰੇਲਰ ਆਇਆ, ਕਿਉਂਕਿ ਪੰਜਾਬ 'ਚ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਹੈ ਉਹਦੇ ਵਿੱਚ, ਉਹਨਾਂ ਦਾ ਰੂਪ ਜਿਹੜਾ ਦਿਖਾਇਆ ਗਿਆ, ਉਹਨਾਂ ਦੇ ਡਾਇਲੋਗ ਜਿਹੜੇ ਆ ਉਹ ਬੋਲੇ ਗਏ। ਤਾਂ ਇਸੇ 'ਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਫਿਲਮ ਦੀ ਅਸਲੀ ਅੰਦਰਲੀ ਪੋਲੀਟਿਕਸ ਕੀ ਹੈ, ਜਾਂ ਫਿਰ ਫਿਲਮ ਕਿਸ ਤਰੀਕੇ ਦੀ ਹੋਏਗੀ, ਜਾਂ ਕਿਹੜੇ ਤੱਥ ਛੇੜੇ ਹੋਣਗੇ। ਤਮਾਮ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਪੰਜਾਬ ਦੇ ਵੱਡੇ ਡਾਇਰੈਕਟਰ ਨੇ ਸਾਡੇ ਨਾਲ, ਅਮਰਦੀਪ ਸਿੰਘ ਗਿੱਲ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀ ਵੀ। ਬਹੁਤ ਬਹੁਤ ਮਿਹਰਬਾਨੀ ਜੀ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਚਰਚਾ ਇਸ 'ਤੇ ਕਰਾਂਗੇ, ਤੁਸੀਂ ਬਹੁਤ ਸਾਰੀਆਂ ਫਿਲਮਾਂ ਬਣਾਈਆਂ, ਇੱਕ ਫਿਲਮ ਹੁਣ ਕੰਗਨਾ ਰਣੌਤ ਦੀ ਆ ਰਹੀ ਹੈ, ਇਹਦੇ 'ਤੇ ਵਿਵਾਦ ਵੀ ਛਿੜਿਆ ਹੋਇਆ, ਐਮਰਜੈਂਸੀ ਫਿਲਮ ਦਾ ਨਾਂ ਹੈ, ਔਰ ਸੰਤ ਭਿੰਡਰਾਂ ਵਾਲਿਆਂ ਨੂੰ ਦਿਖਾਇਆ ਗਿਆ, ਇਹਦੇ 'ਤੇ ਇਤਰਾਜ਼ ਹੈ, SGPC ਨੇ ਇਤਰਾਜ਼ ਜਿਤਾਇਆ, ਅਕਾਲੀ ਦਲ ਵੀ ਇਹਦੇ 'ਤੇ ਇਤਰਾਜ਼ ਜਿਤਾਇਆ, ਜਿਤਾ ਰਿਹਾ। ਤੁਹਾਨੂੰ ਕੀ ਲੱਗ ਰਿਹਾ ਅੰਦਰਲੀ ਪੋਲੀਟਿਕਸ ਕੀ ਹੈ, ਔਰ ਕਿਹੜੇ ਕਿਹੜੇ ਤੱਥ ਛਿੜੇ ਹੋਣਗੇ, ਵਿੱਚ ਮੂਮੈਂਟ ਦਾ ਵੀ ਜ਼ਿਕਰ ਕੀਤਾ ਗਿਆ? ਹਾਂਜੀ, ਇਹ ਸਭ ਤੋਂ ਪਹਿਲਾਂ ਇਹਦੇ 'ਤੇ ਮੈਂ ਹੀ ਲਿਖਿਆ ਸੀ ਜਦੋਂ ਟ੍ਰੇਲਰ ਆਇਆ। ਸਭ ਤੋਂ ਪਹਿਲਾਂ ਮੈਂ ਫੇਸਬੁੱਕ 'ਤੇ ਸਟੇਟਸ ਪਾਇਆ, ਫਿਰ ਟਵਿੱਟਰ 'ਤੇ ਲਿਖਿਆ, ਅਤੇ ਉਸ ਤੋਂ ਬਾਅਦ ਫਿਰ ਬਾਕੀ ਸਾਰੇ ਜਿਹੜੇ ਆ ਉਹਨਾਂ ਨੇ ਗੱਲ ਕੀਤੀ। ਅਸਲ ਦੇ ਵਿੱਚ ਕੰਗਨਾ ਰਣਾਵਤ ਦੀ ਜਿਹੜੀ ਸ਼ਖਸੀਅਤ ਆ ਉਹ ਇੰਨੀ ਕੁ ਜ਼ਿਆਦਾ ਮਤਲਬ ਉਹ ਪੰਗੇ ਪਾਊ ਔਰਤ ਆ, ਕੰਟਰੋਵਰਸ਼ੀਅਲ ਆ ਉਹ, ਕਿ ਉਹਦੇ 'ਤੇ ਸਾਨੂੰ ਯਕੀਨ ਨਹੀਂ ਗਾ ਕਿ ਉਹਨੇ ਕੋਈ ਵੀ ਗਲਤ ਗੱਲ ਕੀਤੀ ਹੋ ਸਕਦੀ, ਔਰ ਕਿਸੇ ਵੀ ਹੱਦ ਤੱਕ ਗਈ ਹੋ ਸਕਦੀ ਆ ਉਹ। ਹੁਣ ਤਾਂ ਉਹ MP ਬਣ ਗਈ, ਉਹਦੇ ਹੱਥ ਪਾਵਰ ਵੀ ਆ। ਐਮਰਜੈਂਸੀ ਆ ਜਿਹੜੀ ਉਹ, ਜਿਵੇਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਕਿ ਐਮਰਜੈਂਸੀ ਇੱਕ ਦੌਰ ਸੀ, ਇੱਕ ਟਾਈਮ ਸੀਗਾ ਇੰਦਰਾ ਗਾਂਧੀ ਦੀ ਕਾਂਗਰਸ ਗੌਰਮੈਂਟ ਦੇ ਅੰਦਰ 1975 ਦੇ ਟਾਈਮ, ਕਿ ਉਹਨੇ ਆਪਣੇ ਵਿਰੋਧੀਆਂ ਨੂੰ ਨਹੀਂ ਬੋਲਣ ਦਿੱਤਾ, ਅਖਬਾਰਾਂ ਨੂੰ ਆਪਦੇ ਮਰਜ਼ੀ ਦੀਆਂ ਖਬਰਾਂ ਨਹੀਂ ਲਾਉਣ ਦਿੱਤੀਆਂ, ਕੋਈ ਮਰਜ਼ੀ ਦਾ ਲਿਖ ਨਹੀਂ ਸੀ ਸਕਦਾ, ਕੋਈ ਮਰਜ਼ੀ ਦੀ ਫਿਲਮ ਨਹੀਂ ਸੀ ਬਣਾ ਸਕਦਾ। ਇੰਦਰਾ ਗਾਂਧੀ ਦੇ ਜਿਹੜੇ ਛੋਟੇ ਬੇਟੇ ਸੀ ਸੰਜੇ ਗਾਂਧੀ, ਉਸ ਟਾਈਮ ਜਿਉਂਦੇ ਸੀ, ਉਸੇ ਵੇਲੇ ਉਹ ਨਸਬੰਦੀ ਵਾਲਾ ਕੰਮ ਵੀ ਹੋਇਆ ਹੈ ਨਾ, ਜਦੋਂ ਧੱਕੇ ਨਾਲ ਨਸਬੰਦੀ ਕੀਤੀ ਗਈ। ਉਸ ਦੌਰ ਨੂੰ ਜਿਹੜਾ ਉਹ 2 ਸਾਲ ਦਾ ਲਗਭਗ ਦੌਰ ਸੀਗਾ, ਉਹਦੇ 'ਤੇ ਜੋ ਧੱਕਾ ਕੀਤਾ ਗਿਆ ਆਪਦੇ ਵਿਰੋਧੀਆਂ ਨਾਲ, ਰਾਜਨੀਤਿਕ ਵਿਰੋਧੀਆਂ ਨਾਲ ਅਤੇ ਆਮ ਲੋਕਾਂ ਨਾਲ, ਉਸ ਟਾਈਮ ਨੂੰ ਐਮਰਜੈਂਸੀ ਕਹਿੰਦੇ ਆ ਕਿ ਐਮਰਜੈਂਸੀ ਲਾਗੂ ਹੋ ਗਈ ਸੀ, ਜਿਵੇਂ ਦਫਾ 44 ਹੁੰਦੀ ਆ ਜਾਂ ਜਿਵੇਂ ਮਾਰਸ਼ਲ ਲਾ ਲੱਗਦਾ।
ਹੁਣ ਉਸ ਵਿਸ਼ੇ 'ਤੇ ਫਿਲਮ ਬਣਾਉਣ ਦਾ ਜਿਹੜਾ ਕੰਗਣਾ ਰਾਣਾਵਤ ਦਾ ਜਿਹੜਾ ਨਜ਼ਰੀਆ ਉਹ ਇਹ ਹੈ ਕਿ ਉਹ ਇੱਕ ਤੀਰ ਨਾਲ ਬਹੁਤ ਸ਼ਿਕਾਰ ਕਰਨਾ ਚਾਹੁੰਦੀ ਹੈ। ਉਹ BJP ਦੀ ਲੀਡਰ, ਉਹ ਕਾਂਗਰਸ ਦਾ ਵਿਰੋਧ ਕਰਨਾ ਔਰ ਕਾਂਗਰਸ ਦੀ ਮਿੱਟੀ ਪਲੀਤ ਕਰਨਾ ਚਾਹੁੰਦੀ ਹੈ ਕਿ ਕਾਂਗਰਸ ਨੇ ਇੰਡੀਆ 'ਤੇ ਬਹੁਤ ਗਲਤ ਰਾਜ ਕੀਤਾ ਇਸ ਇਸ ਤਰੀਕੇ ਨਾਲ। ਉਹ ਇੰਦਰਾ ਗਾਂਧੀ 'ਤੇ ਵੀ ਤਵਾ ਲਾਉਣਾ ਚਾਹੁੰਦੀ ਹੈ, ਪਰ ਨਾਲ ਦੀ ਨਾਲ ਉਹ ਇੰਦਰਾ ਗਾਂਧੀ ਦੀ ਸ਼ਖਸੀਅਤ ਦੀ ਫੈਨ ਵੀ ਹੈ, ਐਜ਼ ਐਕਟਰ ਉਹਨਾਂ ਦੀ ਭੂਮਿਕਾ ਨਿਭਾਉਣਾ ਵੀ ਚਾਹੁੰਦੀ ਹੈ। ਫੈਨ ਆ ਜਿਹੜੀ ਉਹ ਇੱਥੋਂ ਪਤਾ ਲੱਗਦਾ ਕਿ ਜਦੋਂ ਕਿਸਾਨ ਅੰਦੋਲਨ ਵੇਲੇ ਮੋਦੀ ਹੋਰਾਂ ਨੂੰ ਉਹਨੇ ਕਿਹਾ ਸੀ ਕਿ ਮੋਦੀ ਸਾਹਿਬ ਇਨਕੋ ਵਹੀ ਸਜ਼ਾ ਦਿਓ, ਵੈਸੇ ਕੁਚਲੋ ਜੈਸੇ ਇੰਦਰਾ ਗਾਂਧੀ ਨੇ 1984 ਮੇਂ ਕੁਚਲਾ ਥਾ। ਇੱਥੋਂ ਪਤਾ ਲੱਗਦਾ ਕਿ ਉਹ ਉਹਦੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਆ, ਮਾਨਸਿਕ ਤੌਰ 'ਤੇ ਉਹਦੇ 'ਤੇ ਅਸਰ ਆ ਇਸ ਗੱਲ ਦਾ। ਫਿਰ ਅੱਗੇ ਇਹ ਗੱਲ ਆ ਕਿ ਜਿਹੜੀ ਸਾਡੇ ਜਿਹੜੇ ਸਿੱਖ ਖਾੜਕੂ ਆ ਉਹਨਾਂ ਦੇ ਜਿਹੜੇ ਵਿਰੋਧੀ ਲੋਕ ਨੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਵਿਰੋਧੀ ਨੇ, ਉਹ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੀ ਦੇਣ ਸੀ, ਕਿ ਕਾਂਗਰਸ ਨੇ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਨੇ ਗਿਆਨੀ ਜੈਲ ਸਿੰਘ ਦੀ ਮਦਦ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇੱਥੋਂ ਦੀ ਜਿਹੜੀ ਸਿੱਖ ਲੀਡਰਸ਼ਿਪ ਸੀ, ਸਿੱਖ ਰਾਜਨੀਤੀ ਸੀ, ਅਕਾਲੀ ਦਲ ਸੀ, ਇਹਨਾਂ ਦੇ ਵਿਰੋਧ ਦੇ ਵਿੱਚ ਖੜ੍ਹਾ ਕੀਤਾ ਸੀ। ਇਹੀ ਗੱਲ ਉਹ ਐਮਰਜੈਂਸੀ ਫਿਲਮ 'ਚ ਕਰੂਗੀ, ਕਿਉਂਕਿ ਉੱਥੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਿਖਾਇਆ ਔਰ ਇੱਕ ਡਾਇਲੋਗ ਸੁਣਾਈ ਦਿੰਦਾ ਕਿ ਆਪਕੋ ਵੋਟ ਚਾਹੀਏ ਔਰ ਹਮੇ ਖਾਲਿਸਤਾਨ। ਉਹ ਹੋ ਸਕਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮੂੰਹੋਂ ਬੁਲਾਇਆ ਹੋਵੇ ਜਾਂ ਕਿਸੇ ਹੋਰ ਸਿੱਖ ਦੇ ਮੂੰਹੋਂ ਬੁਲਾਇਆ ਹੋਵੇ, ਉਹ ਫਿਲਮ ਆਉਣ 'ਤੇ ਪਤਾ ਲੱਗੂਗਾ। ਪਰ ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਨੇ ਸੰਤਾਂ ਦੇ ਮੂੰਹੋਂ ਹੀ ਬੁਲਾਇਆ ਹੋਣਾ। ਹੁਣ ਗੱਲ ਇਹ ਆ ਕਿ ਜਿਸ ਸ਼ਖਸੀਅਤ ਨੂੰ ਸਕਰੀਨ 'ਤੇ ਦਿਖਾਇਆ ਨਹੀਂ ਜਾ ਸਕਦਾ, ਸਾਡੇ ਪੰਜਾਬੀ 'ਚ ਇੱਕ ਫਿਲਮ ਬਣੀ ਸੀਗੀ ਧਰਮ ਯੁੱਧ ਮੋਰਚਾ, ਉਹਦੇ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਿਹੜੀ ਭੂਮਿਕਾ ਸੀਗੀ ਉਹ ਸੀਗੀ, ਹੈ ਨਾ, ਪਰ ਉਹਨਾਂ ਨੂੰ ਦਿਖਾਇਆ ਨਹੀਂ ਸੀ ਗਿਆ। ਜਾਂ ਤਾਂ ਉਹਨਾਂ ਦੀ ਆਵਾਜ਼ ਸੁਣਦੀ ਆ, ਜਾਂ ਬੈਕ ਤੋਂ ਦਿਖਾਉਂਦੇ ਆ, ਜਾਂ ਹੱਥ ਦਾ ਤੀਰ ਦਿਖਾਉਂਦੇ ਆ, ਫੇਸ ਨਹੀਂ ਦਿਖਾਉਂਦੇ। ਹਾਂ, ਉਸ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਮਤਲਬ ਕਰੜੇ ਆ ਜਿਹੜੇ ਉਹ ਫੈਸਲੇ ਲਏ ਆ ਕਿ ਸਾਡੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ ਜਾਂ ਸਾਡੇ ਯੋਧੇ ਨੇ ਉਹ ਕਾਫੀ ਹੱਦ ਤੱਕ ਉਹ ਨੇ ਜਿਨ੍ਹਾਂ ਨੂੰ ਤੁਸੀਂ ਸਕਰੀਨ 'ਤੇ ਨਹੀਂ ਦਿਖਾ ਸਕਦੇ, ਜਿਵੇਂ ਗੁਰੂ ਸਾਹਿਬਾਨ ਨੂੰ ਨਹੀਂ ਦਿਖਾ ਸਕਦੇ, ਉਸੇ ਤਰ੍ਹਾਂ ਹੋਰ ਵੀ, ਹੈ ਨਾ। ਔਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵੀ ਲੋਕ ਇੰਨੇ ਭਾਵਕ ਨੇ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਉੱਠ ਕੇ ਉਹਨਾਂ ਦੀ ਜਿਹੜੀ ਆ ਉਹ ਭੂਮਿਕਾ ਨਿਭਾਵੇ, ਹੈ ਨਾ। ਇੱਕ ਫਿਲਮ ਮੇਕਰ ਦੇ ਤੌਰ 'ਤੇ ਜੇ ਮੈਂ ਕਹਾਂ ਤਾਂ ਮੈਨੂੰ ਵੀ ਇਸ ਗੱਲ ਦਾ ਵੈਸੇ ਕਿਤੇ ਨਾ ਕਿਤੇ ਦੁੱਖ ਆ ਕਿ ਮੈਂ ਜੇ ਹੁਣ 1984 'ਤੇ ਫਿਲਮ ਬਣਾਉਣੀ ਹੋਵੇ ਤਾਂ ਮੈਂ ਸੰਤਾਂ ਨੂੰ ਨਹੀਂ ਦਿਖਾ ਸਕਦਾ, ਹੈ ਨਾ। ਪਰ ਮੈਂ ਇਸ ਗੱਲ ਨੂੰ ਸਮਝਦਾ, ਮੈਂ ਧੱਕੇ ਨਾਲ ਇਹ ਨਹੀਂ ਕਰੂੰਗਾ ਕਿ ਮੈਂ ਤਾਂ ਦਿਖਾਉਣਾ ਹੀ ਹੈ ਜੀ, ਹੈ ਨਾ, ਮੈਂ ਆਪਦੇ ਪੰਥ ਦੇ ਜਾਂ ਆਪਦੇ ਲੋਕਾਂ ਦੇ ਉਲਟ ਨਹੀਂ ਜਾਊਂਗਾ। ਪਰ ਕੰਗਣਾ ਰਾਣਾਵਤ ਨੂੰ ਕੋਈ ਚੱਕਰ ਨਹੀਂ, ਹੈ ਨਾ, ਉਹਨੇ ਉਹ ਗਈ ਆ ਔਰ ਉਹਦਾ ਜਿਹੜਾ ਪੰਜਾਬ ਪ੍ਰਤੀ ਰਵੱਈਆ ਕਿਸਾਨ ਅੰਦੋਲਨ ਵੇਲੇ ਤੋਂ ਔਰ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਦੇ ਥੱਪੜ ਕਾਂਡ ਹੋਇਆ, ਮੈਨੂੰ ਇਸ ਗੱਲ ਦਾ ਡਰ ਆ ਕਿ ਜੇ ਫਿਲਮ ਰਿਲੀਜ਼ ਹੋਈ ਇਸ ਤਰੀਕੇ ਨਾਲ ਹੀ ਤਾਂ ਉਹਦਾ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਉੱਠਣਗੀਆਂ, ਫਿਰ ਪੁਲਿਸ ਲਾਈ ਜਾਊਗੀ ਉਹਨਾਂ 'ਤੇ, ਲਾਠੀਚਾਰਜ ਹੋਊਗਾ, ਫਿਰ ਉਹ ਪੁਲਿਸ ਦਾ ਵਿਰੋਧ ਕਰਨਗੇ ਅਤੇ ਪੂਰੇ ਇੰਡੀਆ ਦੇ ਵਿੱਚ ਫਿਰ ਇਹ ਗੱਲ ਜਾਊਗੀ ਕਿ ਦੇਖੋ ਜੀ ਸਿੱਖ ਬੜੇ ਮਾੜੇ ਨੇ, ਹੈ ਨਾ। ਇਸ ਗੱਲ ਤੋਂ ਬਚਾਅ ਦੇ ਲਈ ਮੈਂ ਚਾਹੁੰਦਾ ਕਿ SGPC ਸੈਂਸਰ ਨੂੰ ਕਹੇ ਕਿ ਇਸ ਫਿਲਮ ਨੂੰ ਦਿਖਾਇਆ ਜਾਵੇ ਔਰ ਜੇ ਕੋਈ ਜਿਹੜੇ ਸੀਨ ਜਾਂ ਜਿਹੜੇ ਕਰੈਕਟਰ ਸਾਨੂੰ ਐਂ ਲੱਗਦਾ ਕਿ ਇਹ ਨਹੀਂ ਹੋਣੇ ਚਾਹੀਦੇ
ਉਹ ਕੱਟੇ ਜਾਣ। ਪਰ ਸੈਂਸਰ ਦੀ ਤੁਸੀਂ ਦੋਗਲੀ ਨੀਤੀ ਦੇਖੋ ਕਿ ਇੱਕ ਪਾਸੇ ਉਹ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਦੀ ਹੈ, ਉਹਨੂੰ ਪਾਸ ਨਹੀਂ ਕਰਦੇ, ਉਹਦੇ 50-50 ਕੱਟ ਦਿੰਦੇ ਨੇ, ਅਤੇ ਦੂਜੇ ਪਾਸੇ ਉਹ ਐਮਰਜੈਂਸੀ ਦਾ ਟ੍ਰੇਲਰ ਆ ਜਿਹੜਾ, ਉਹ ਜਿਹੜਾ ਸ਼ਰੇਆਮ ਹੀ ਪਹਿਲੀ ਨਜ਼ਰੇ ਦੇਖਦੇ ਹੀ ਪਤਾ ਲੱਗਦਾ ਕਿ ਬਹੁਤ ਕੰਟਰੋਵਰਸ਼ੀਅਲ ਅਤੇ ਬਹੁਤ ਰੌਲਾ ਪੈਣਾ ਆਉਣ ਵਾਲੇ ਟਾਈਮ 'ਚ, ਉਹਨੂੰ ਆਰਾਮ ਨਾਲ ਪਾਸ ਕਰ ਦਿੰਦੇ। ਸੈਂਸਰ ਬੋਰਡ ਵੀ ਪੱਖਪਾਤ ਵਾਲੀ ਨੀਤੀ ਰੱਖਦਾ। ਸੈਂਸਰ ਬੋਰਡ ਤਾਂ ਹੈ ਹੀ ਬੀਜੇਪੀ ਦਾ, ਸੈਂਸਰ ਬੋਰਡ ਦੇ ਜਿਹੜੇ ਚੇਅਰਮੈਨ ਨੇ ਪ੍ਰਸੂਨ ਜੋਸ਼ੀ ਜੋ ਰਾਈਟਰ ਵੀ ਨੇ, ਉਹ ਬੀਜੇਪੀ ਦੇ ਬੰਦੇ ਨੇ, ਉਹ ਮੋਦੀ ਦੇ ਭਗਤ ਨੇ, ਇਸ ਕਰਕੇ ਉਹਨਾਂ ਨੇ ਕਰਨਾ ਹੀ ਸੀ ਇਹ। ਕਿਉਂਕਿ ਦਿਲਜੀਤ ਦੋਸਾਂਝ ਦੀ ਫਿਲਮ ਆ ਜਿਹਦਾ ਤੁਸੀਂ ਜ਼ਿਕਰ ਕੀਤਾ ਜੀ, ਭਾਈ ਜਸਵੰਤ ਸਿੰਘ ਖਾਲੜਾ ਹੋਣਾਂ ਦੇ ਉੱਪਰ ਜੀ, ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਫਿਲਮ ਬਹੁਤ ਬਹੁਤ ਫਿਲਮਾਂ ਨੇ ਜਿਨ੍ਹਾਂ ਨੂੰ ਕੱਟ ਦਿੱਤੇ ਗਏ, ਰੋਕੀਆਂ ਗਈਆਂ। ਔਰ ਇੱਕ ਤੁਹਾਨੂੰ ਦੱਸਦਾ, ਤੁਸੀਂ ਤਾਂ ਉਸ ਵਕਤ ਜੰਮੇ ਵੀ ਨਹੀਂ ਸੀਗੇ, ਅਸੀਂ ਵੀ ਛੋਟੇ ਹੁੰਦੇ ਸੀ, ਇੱਕ ਫਿਲਮ ਉਹਨਾਂ ਟਾਈਮਾਂ ਦੇ ਵਿੱਚ ਐਮਰਜੈਂਸੀ 'ਤੇ ਬਣਾਈ ਸੀ ਇੱਕ ਬੰਦੇ ਨੇ, ਉਹਦਾ ਨਾਂ ਸੀ ਕਿੱਸਾ ਕੁਰਸੀ ਕਾ। ਉਹ ਫਿਲਮ ਦੇ ਪ੍ਰੋਡਿਊਸਰ ਨੂੰ ਉਹ ਫਿਲਮ ਰਿਲੀਜ਼ ਨਹੀਂ ਸੀ ਕਰਨ ਦਿੱਤੀ ਸੰਜੇ ਗਾਂਧੀ ਨੇ, ਇੱਥੋਂ ਤੱਕ ਕਿ ਉਹਦੇ ਕਹਿੰਦੇ ਹੁੰਦੇ ਸੀ ਵੀ ਉਹਦੇ ਪ੍ਰਿੰਟ ਵੀ ਸਾੜ 'ਤੇ ਗਏ ਸੀ। ਅੱਛਾ, ਹੈ ਨਾ। ਅਤੇ ਉਹ ਬੰਦਾ ਖੈਰ ਕਹਿੰਦੇ ਬਾਅਦ 'ਚ ਵਿਕ ਗਿਆ ਸੀ, ਉਹਨੇ ਪੈਸੇ ਲੈ ਲਏ ਸੀਗੇ ਕਾਂਗਰਸ ਤੋਂ, ਅਤੇ ਉਹ ਮੰਨ ਗਿਆ ਸੀ ਇਸ ਗੱਲ ਨੂੰ ਵੀ ਮੈਂ ਫਿਲਮ ਨਹੀਂ ਉਹ ਕਰਦਾ। ਪਰ ਉਹ ਬੜੀ ਮਸ਼ਹੂਰ ਫਿਲਮ ਮਤਲਬ ਉਹਨਾਂ ਟਾਈਮਾਂ ਦੀ ਕਿੱਸਾ ਕੁਰਸੀ ਕਾ, ਕਿਉਂਕਿ ਉਹ ਵਿਅੰਗ ਸੀਗਾ ਇੰਦਰਾ ਗਾਂਧੀ ਦੀ ਐਮਰਜੈਂਸੀ 'ਤੇ, ਰਾਜਨੀਤੀ 'ਤੇ। ਉਸ ਵਕਤ ਐਮਰਜੈਂਸੀ 'ਤੇ ਵਿਅੰਗ ਕਰਦੀ ਫਿਲਮ ਸੀਗੀ ਜਿਹੜੀ, ਉਹ ਆਈ ਐੱਸ ਜੌਹਰ ਇੱਕ ਬਹੁਤ ਵੱਡੇ ਫਿਲਮ ਮੇਕਰ ਔਰ ਕਮੇਡੀਅਨ ਸੀਗੇ, ਉਹਨਾਂ ਨੇ ਇੱਕ ਫਿਲਮ ਬਣਾਈ ਸੀ ਨਸਬੰਦੀ, ਹੈ ਨਾ। ਉਸ ਵਕਤ ਸਿਨੇਮਾ ਬਣਿਆ ਇੱਦਾਂ ਦਾ ਇੰਦਰਾ ਗਾਂਧੀ ਦੇ ਵਿਰੋਧ 'ਚ। ਅੱਜ ਕੀ ਗੱਲ ਆ, ਅੱਜ ਤੁਸੀਂ ਮੋਦੀ ਸਾਹਿਬ ਦੇ ਵਿਰੋਧ 'ਚ ਫਿਲਮ ਨਹੀਂ ਬਣਾ ਸਕਦੇ, ਹੈ ਨਾ। ਬੇਸ਼ੱਕ ਦੂਜੇ ਪਾਸੇ ਇਹ ਵੀ ਇੱਕ ਵੱਖਰੇ ਤਰ੍ਹਾਂ ਦੀ ਗੱਲ ਆ ਕਿ ਮੋਦੀ ਸਾਹਿਬ ਨੇ ਜਿੰਨੀਆਂ ਵੀ ਜੋ ਫਿਲਮਾਂ ਆਈਆਂ ਨੇ ਬੀਜੇਪੀ ਦੇ ਹੱਕ 'ਚ, ਉਹਨਾਂ 'ਚੋਂ ਇੱਕ ਦੋ ਨੂੰ ਛੱਡ ਕੇ ਸਾਰੀਆਂ ਫਲੋਪ ਰਹੀਆਂ ਨੇ, ਹੈ ਨਾ। ਦੇਖੋ ਕੈਸੀ ਕਮਾਲ ਦੀ ਗੱਲ ਆ ਕਿ ਅੰਧ ਭਗਤ ਆਪਦੀ ਫਿਲਮ ਨਹੀਂ ਹਿੱਟ ਕਰ ਸਕੇ, ਸਾਨੂੰ ਇਹ ਵੀ ਪਤਾ ਕਿ ਐਮਰਜੈਂਸੀ ਵੀ ਨਹੀਂ ਚੱਲਣੀ, ਕੰਗਣਾ ਦੀਆਂ 8-9 ਫਿਲਮਾਂ ਪਹਿਲਾਂ ਫਲੋਪ ਨੇ, ਐਮਰਜੈਂਸੀ ਵੀ ਫਲੋਪ ਰਹਿਣੀ ਹੈ, ਪੰਜਾਬੀਆਂ ਨੇ ਇਹਦਾ ਵੈਸੇ ਵੀ ਵਿਰੋਧ ਕਰਨਾ। ਪਰ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਦਾ ਵਿਰੋਧ ਹੋਵੇ ਔਰ ਵਿਰੋਧ ਹੋਣ ਕਰਕੇ ਸੁਰਖੀਆਂ 'ਚ ਆ ਜਾਏ ਔਰ ਫਿਲਮ ਹਿੱਟ ਹੋ ਜਾਏ, ਇਹ ਵੀ ਇੱਕ ਸਟ੍ਰੈਟੇਜੀ ਹੁੰਦੀ ਹੈ ਵੈਸੇ? ਸਟ੍ਰੈਟੇਜੀ ਤਾਂ ਹੁੰਦੀ ਆ, ਬਟ ਫਿਲਮ ਚਰਚਾ 'ਚ ਤਾਂ ਆ ਸਕਦੀ ਆ, ਹਿੱਟ ਨਹੀਂ ਹੋ ਸਕਦੀ ਚਰਚਾ 'ਚ ਆ ਸਕਦੀ, ਕਿਉਂਕਿ ਫਿਲਮ ਦੀ ਚਰਚਾ ਕਰਨੀ ਹੋਰ ਗੱਲ ਆ, ਟਿਕਟ ਲੈ ਕੇ ਥੀਏਟਰ ਦੇ ਵਿੱਚ ਬੈਠ ਕੇ ਫਿਲਮ ਦੇਖਣੀ ਇਹ ਬਿਲਕੁਲ ਹੋਰ ਗੱਲ ਆ। ਇਹਦੇ ਪਿੱਛੇ ਤੁਹਾਨੂੰ ਸਮਝ ਕੀ ਆਉਂਦਾ ਬੇਸਿਕਲੀ, ਕੰਗਣਾ ਰਣੌਤ ਕਰਨਾ ਕੀ ਚਾਹੁੰਦੀ ਹੈ, ਜ਼ਾਹਰ ਕੀ ਕਰਨਾ ਚਾਹੁੰਦੀ ਹੈ ਉਹ, ਜਿਸ ਤਰੀਕੇ ਨਾਲ ਸੰਤਾਂ ਨੂੰ ਦਿਖਾਇਆ, ਕਿਉਂਕਿ ਟ੍ਰੇਲਰ ਦੇ ਲਾਸਟ ਵਾਲੇ ਪਾਰਟ ਜਿਹਦੇ ਵਿੱਚ ਉਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਦਿਖਾਇਆ ਹੋਇਆ, ਜਿਹੜਾ ਡਾਇਲੋਗ ਤੁਸੀਂ ਜ਼ਿਕਰ ਵੀ ਕੀਤਾ ਕਿ ਆਪਕੋ ਵੋਟ ਚਾਹੀਏ ਹਮੇ ਖਾਲਿਸਤਾਨ। ਕੰਗਣਾ ਰਾਣਾਵਤ ਨੂੰ ਪੰਜਾਬ ਨਾਲ ਨਫ਼ਰਤ ਆ, ਸਿੱਖਾਂ ਨਾਲ ਨਫ਼ਰਤ ਆ, ਕਿਸਾਨ ਅੰਦੋਲਨ ਵੇਲੇ ਉਹਦੀ ਨਫ਼ਰਤ ਸ਼ਰੇਆਮ ਸਾਹਮਣੇ ਆਈ, ਕਿਉਂਕਿ ਉਹ ਮੋਦੀ ਭਗਤ ਆ, ਬੀਜੇਪੀ ਦੀ ਲੀਡਰ ਆ, ਉਹਨੂੰ ਉਸ ਹਰ ਬੰਦੇ ਨਾਲ ਨਫ਼ਰਤ ਆ ਜਿਹੜਾ ਮੋਦੀ ਦੇ ਖਿਲਾਫ਼ ਖੜਾ ਹੁੰਦਾ, ਜਿਹੜਾ ਬੀਜੇਪੀ ਦੇ ਖਿਲਾਫ਼ ਖੜਾ ਹੁੰਦਾ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਸਿੱਖ ਆ, ਚਾਹੇ ਪੰਜਾਬੀ ਨੇ ਅਸੀਂ, ਚਾਹੇ ਸਾਡੇ ਕਿਸਾਨ ਨੇ, ਸਾਡੇ ਕਿਸਾਨਾਂ ਬਾਰੇ, ਸਾਡੀਆਂ ਔਰਤਾਂ ਬਾਰੇ, ਸਾਡੀਆਂ ਮਾਵਾਂ ਭੈਣਾਂ ਬਾਰੇ ਉਹਨੇ ਬੜੇ ਗੰਦੇ ਬਿਆਨ ਦਿੱਤੇ ਸੀ ਕਿ 200 ਉਚਾਈਆਂ, ਹੈ ਨਾ। ਉਹਦੇ ਪਿੱਛੇ ਉਹਨੂੰ ਬਹੁਤ ਫਿਰ ਉਹਦੇ ਛਿੱਤਰ ਵੀ ਫਿਰੇ ਸੀ, ਹੈ ਨਾ, ਪਰ ਉਹਦੇ ਪਿੱਛੇ, ਉਹਦੇ ਪਿੱਛੇ। ਪਰ ਉਹ ਇੰਨੀ ਢੀਠ ਔਰਤ ਆ ਕਿ ਮੈਂ ਇੱਕ ਗੱਲ 'ਤੇ ਹੋਰ ਬੜਾ ਹੈਰਾਨ ਹੋਣਾ ਹੁਣ ਵਿਕਰਮ,
ਉਹ ਪੈਦਾ ਹੋਈ ਆ ਹਿਮਾਚਲ 'ਚ। ਜਿੰਨੇ ਹਿਮਾਚਲ ਦੇ ਮੁੰਡੇ ਕੁੜੀਆਂ ਫਿਲਮ ਇੰਡਸਟਰੀ 'ਚ ਜਾਂਦੇ ਆ, ਮਾਡਲਿੰਗ 'ਚ ਜਾਂਦੇ ਆ, ਉਹਨਾਂ ਨੇ ਹਿਮਾਚਲ 'ਚੋਂ ਉੱਠ ਕੇ ਆ ਕੇ ਚੰਡੀਗੜ੍ਹ ਬੈਠਣਾ ਹੁੰਦਾ। ਚੰਡੀਗੜ੍ਹ ਉਹਨਾਂ ਦੀ ਪਹਿਲੀ ਕਰਮ ਭੂਮੀ ਬਣਦਾ, ਉਸ ਤੋਂ ਬਾਅਦ ਫਿਰ ਬੋਂਬੇ ਜਾਂਦੇ ਆ। ਕੰਗਣਾ ਰਾਣਾਵਤ ਵੀ ਪੰਜਾਬ 'ਚ ਰਹੀ ਆ, ਚੰਡੀਗੜ੍ਹ 'ਚ ਰਹੀ ਆ, ਪੰਜਾਬੀਆਂ ਦੇ ਨਾਲ ਉਹਦੇ ਸੰਪਰਕ 'ਚ ਰਹੀ ਆ। ਇਹਦੇ ਬਾਵਜੂਦ ਵੀ ਉਹ ਪੰਜਾਬੀਆਂ ਨੂੰ ਇੰਨੀ ਨਫ਼ਰਤ ਕਰਦੀ ਹੈ, ਇਹ ਗੱਲ ਮੈਨੂੰ ਨਹੀਂ ਸਮਝ ਆਈ। ਮਤਲਬ ਵੀ ਇੰਨੀ ਢੀਠ ਕਿਉਂ ਆ, ਇੰਨਾ ਮਤਲਬ ਉਹਦੇ ਅੰਦਰ ਕਿਹੜੀ ਕਿਹੜਾ ਜ਼ਹਿਰ ਭਰਿਆ ਹੋਇਆ। ਉਹ ਫਿਰ ਬੋਂਬੇ ਚਲੀ ਜਾਂਦੀ ਆ, ਬੋਂਬੇ ਜਾ ਕੇ ਵੀ ਮਤਲਬ ਉਹਨੇ ਪਹਿਲੇ ਸਮਿਆਂ 'ਚ ਜੋ ਕੁਛ ਕੀਤਾ, ਜੋ ਨਸ਼ੇ ਕੀਤੇ ਜਾਂ ਉਹ ਰਿਲੇਸ਼ਨਾਂ 'ਚ ਰਹੀ ਬੰਦਿਆਂ ਨਾਲ, ਔਰ ਬਹੁਤ ਬਦਨਾਮ ਰਹੀ। ਚਲੋ ਸਾਡਾ ਵਿਸ਼ਾ ਉਹ ਨਹੀਂ ਗਾ, ਪਰ ਉਹਦੀ ਸ਼ਖਸੀਅਤ ਸਭ ਨੂੰ ਪਤਾ ਹੀ ਆ ਵੀ ਕੀ ਹੈ। ਉਸ ਸ਼ਖਸੀਅਤ ਦੇ ਚੱਲਦੇ ਉਹ ਬੀਜੇਪੀ 'ਚ ਹੀ ਜਾ ਸਕਦੀ ਸੀ ਅਤੇ ਉਹ ਜਿੱਤ ਗਈ। ਇਹ ਉਹਦੇ ਲੋਕਾਂ ਨੇ, ਹਿਮਾਚਲਦਿਆਂ ਨੇ ਭਾਵੁਕ ਹੋ ਕੇ ਜਿਤਾ ਤਾ ਕਿ ਚਲੋ ਸਾਡੀ ਕੁੜੀ ਆ ਭਾਈ, ਪਰ ਉਹ ਕੁਛ ਵੀ ਸਹੀ ਨਹੀਂ ਕਰ ਰਹੀ ਪੰਜਾਬ ਦੇ ਹੱਕ 'ਚ, ਪੰਜਾਬੀਆਂ ਦੇ, ਸਿੱਖਾਂ ਦੇ। ਉਹ ਇਕੱਲੀ ਨਹੀਂ, ਉਹਦੀ ਭੈਣ ਵੀ, ਦੋਨੋਂ ਜਣੀਆਂ ਰੱਜ ਕੇ ਮਤਲਬ ਦੁਰਪ੍ਰਚਾਰ ਕਰਦੀਆਂ ਨੇ ਸਾਡੇ ਖਿਲਾਫ਼। ਰਾਜਨੀਤੀ ਕੀ ਹੁੰਦੀ ਹੈ ਵੈਸੇ ਸਿਨੇਮੇ ਦੀ, ਜੇ ਮੈਂ ਤੁਹਾਡੇ ਤੋਂ ਸਮਝਣਾ ਚਾਹਾਂ, ਕਿਉਂਕਿ ਜਦੋਂ ਤੁਸੀਂ ਫਿਲਮ, ਤੁਸੀਂ ਇੱਕ ਫਿਲਮ ਮੇਕਰ ਹੋ ਜੀ ਗਿੱਲ ਸਾਹਿਬ, ਜਦੋਂ ਤੁਸੀਂ ਫਿਲਮ, ਪਿਛਲੀਆਂ ਤੁਹਾਡੀਆਂ ਫਿਲਮਾਂ ਬਣਾਈਆਂ ਭਾਵੇਂ ਜੋਰਾ ਜਾਂ ਹੋਰ ਵੀ ਫਿਲਮਾਂ ਬਣਾਈਆਂ, ਤੁਸੀਂ ਕਿਸੇ ਬੰਦੇ ਦੇ ਖਿਲਾਫ਼ ਜਾਂ ਕਿਸੇ ਖਾਸ ਕਮਿਊਨਿਟੀ ਦੇ ਖਿਲਾਫ਼ ਕੁਛ ਵੀ ਸੋਚੋ, ਉਹ ਤੁਸੀਂ ਤੁਹਾਡੇ 'ਤੇ ਹੁੰਦਾ ਕਿ ਤੁਸੀਂ ਉਹਨੂੰ ਕਿੰਨਾ ਕੁ ਦਿਖਾਉਣਾ, ਕਿਸ ਤਰੀਕੇ ਨਾਲ ਦਿਖਾਉਣਾ, ਔਰ ਇਹਦੇ ਪਿਛਲੀ ਰਾਜਨੀਤੀ ਨੂੰ ਕਿਵੇਂ ਸਮਝਾਓਗੇ ਤੁਸੀਂ, ਜਾਂ ਕਿਵੇਂ ਤੁਸੀਂ ਇਹ ਜਿਹੜੀ ਜਿਹੜੀ ਸਿਨੇਮੇ ਦੀ ਰਾਜਨੀਤੀ ਹੁੰਦੀ ਹੈ ਨਾ, ਉਹ ਸਿੱਧੀ ਨਹੀਂ ਹੁੰਦੀ, ਬਹੁਤ ਪੇਚੀਦੀ ਹੁੰਦੀ ਹੈ, ਬਹੁਤ ਪੇਚੀਦਾ ਹੁੰਦੀ ਆ, ਬੜੀ ਲੁਕੀਵੀਂ ਹੁੰਦੀ ਆ। ਮੰਨ ਲਓ ਅਸੀਂ ਪੁਲਿਸ ਦਾ ਕਰਪਸ਼ਨ ਦਿਖਾਉਂਦੇ ਹਾਂ, ਜਾਂ ਫਿਰ ਪੁਲਿਸ ਵਾਲਾ ਇਹ ਕਹਿੰਦਾ ਕਿ ਜੀ ਸਾਡੇ ਉੱਪਰ ਜਿਹੜੇ ਬੈਠੇ ਆ ਉਹ, ਉਹਨਾਂ ਦਾ ਫੋਨ ਆ ਜਾਂਦਾ ਜੀ, ਹੈ ਨਾ। ਫਿਰ ਕੋਈ ਆਪਾਂ ਚਿੱਟ ਕੱਪੜੀਆਂ ਲੀਡਰ ਦਿਖਾਉਂਦੇ ਹਾਂ, ਹੈ ਨਾ, ਆਮ ਫਿਲਮਾਂ 'ਚ ਤੁਸੀਂ ਦੇਖਿਆ ਉਹ ਲੀਡਰ ਦਾ ਮੁੰਡਾ ਜਿਹੜਾ ਉਹ ਲਫੰਡਰ ਦਿਖਾਉਂਦੇ ਆ। ਔਰ ਇਸ ਤੋਂ ਇਲਾਵਾ ਵੀ ਮੇਰੀ ਮਰ ਜਾਣੇ ਔਰ ਜੋਰਾ 10 ਨੰਬਰੀਆਂ ਸਾਰੀਆਂ ਹੀ ਫਿਲਮਾਂ ਮੇਰੀਆਂ ਰਾਜਨੀਤਿਕ ਨੇ, ਕਿਉਂਕਿ ਉਹਦੇ ਵਿੱਚ ਜੋਰਾ ਦਾ ਤਾਂ ਟੈਗਲਾਈਨ ਹੀ ਇਹ ਸੀ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਨਾ। ਉਵੇਂ ਜਿਵੇਂ ਮਰ ਜਾਣੇ ਦੇ ਵਿੱਚ ਵੀ ਉਹ ਇੱਕ ਪੁਲਿਸ ਵਾਲਾ ਜਿਹੜਾ ਹੈਗਾ SSP ਰਿਟਾਇਰ ਹੋਇਆ, ਉਹ ਅੱਗੇ MLA ਬਣਨਾ ਚਾਹੁੰਦਾ, ਇਸ ਕਰਕੇ ਉਹ ਉਹਨਾਂ ਮੁੰਡਿਆਂ ਦੀ ਬਲੀ ਦੇ ਦਿੰਦਾ ਜਿਹੜੇ ਪਹਿਲਾਂ ਉਹਦੇ ਖਾਤਰ ਕੰਮ ਕਰਦੇ ਹੁੰਦੇ ਆ, ਹੈ ਨਾ, ਗੈਂਗਸਟਰ ਹੁੰਦੇ ਆ, ਬਾਅਦ 'ਚ ਉਹਨਾਂ ਨੂੰ ਵੀ ਪੁਲਿਸ ਤੋਂ ਫੜਵਾ ਕੇ ਮਰਵਾ ਦਿੰਦਾ। ਰਾਜਨੀਤੀ ਹੈ ਜਿਹੜੀ ਉਹ ਫਿਲਮਾਂ ਤੋਂ ਦੂਰ ਨਹੀਂ ਹੋ ਸਕਦੀ, ਫਿਲਮਾਂ ਰਾਜਨੀਤੀ ਤੋਂ ਦੂਰ ਨਹੀਂ ਹੋ ਸਕਦੀਆਂ, ਪਰ ਇਹ ਇੱਕ ਪ੍ਰਚਾਰਵਾਦੀ ਸਿਨੇਮਾ ਜਿਹੜਾ ਪਿਛਲੇ ਸਮੇਂ ਦੌਰਾਨ BJP ਨੇ ਜਨਮ ਦਿੱਤਾ ਜਿਹੜੇ ਸਿਨੇਮੇ ਨੂੰ, ਜਿਹਦੇ 'ਚ ਕਸ਼ਮੀਰ ਫਾਇਲ, ਕੇਰਲਾ ਸਟੋਰੀ, ਹੈ ਨਾ, ਵੈਕਸੀਨੇਸ਼ਨ ਵਾਰ, ਹੈ ਨਾ, ਇੱਦਾਂ ਦੀਆਂ ਫਿਲਮਾਂ, ਮੋਦੀ ਸਾਹਿਬ ਦੀ ਬਾਇਓਪਿਕ, ਹੈ ਨਾ, ਜਾਂ ਅਟਲ ਬਿਹਾਰੀ ਵਾਜਪਾਈ ਜੀ ਦੀ ਬਾਇਓਪਿਕ, ਇਹ ਸਾਰੀਆਂ ਪ੍ਰਚਾਰਵਾਦੀ ਫਿਲਮਾਂ ਨੇ ਜਿਹੜੀਆਂ ਸਪੈਸ਼ਲੀ BJP ਨੂੰ ਜਾਂ BJP ਦੇ ਲੀਡਰਾਂ ਨੂੰ ਜਾਂ BJP ਦੇ ਕੰਮਾਂ ਨੂੰ ਪ੍ਰਸ਼ੰਸਾ ਕਰਨ ਲਈ ਬਣਾਈਆਂ ਗਈਆਂ ਨੇ। ਔਰ ਚੰਗੀ ਗੱਲ ਇਹ ਆ, ਪਰਮਾਤਮਾ ਸ਼ੁਕਰ ਇਹ ਆ ਕਿ ਇਹਨਾਂ 'ਚੋਂ 1-2 ਨੂੰ ਛੱਡ ਕੇ ਸਾਰੀਆਂ ਹੀ ਫਿਲਮਾਂ ਸੁਪਰ ਡੁਪਰ ਫਲੋਪ ਰਹੀਆਂ ਨੇ। ਮਤਲਬ ਮੋਦੀ ਭਗਤ, BJP ਦੇ ਅੰਧ ਭਗਤ ਫਿਲਮਾਂ ਦੇਖਣ ਨਹੀਂ ਜਾਂਦੇ, ਉਹ ਫਿਲਮਾਂ ਨੂੰ ਹਿੱਟ ਨਹੀਂ ਕਰ ਸਕੇ। ਕੰਗਣਾ ਰਾਣਾਵਤ ਦੀ, ਜੈ ਲਲਤਾ ਦੀ ਜਿਹੜੀ ਬਾਇਓਪਿਕ ਸੀਗੀ ਉਹ ਵੀ ਫਲੋਪ ਰਹੀ।
ਰਾਣੀ ਝਾਂਸੀ ਅਤੇ ਜਿਹੜੀ ਮਨੀਕਾਰਨਿਕਾ ਸੀਗੀ ਬਣਾਈ ਉਹ ਵੀ ਫਲੋਪ ਰਹੀ ਅਤੇ ਘੋੜ ਹਾਲਾਂਕਿ ਰਾਣੀ ਝਾਂਸੀ ਤਾਂ ਯੁੱਧ ਦੇ ਵਿੱਚ ਲੜਦੀ ਸੀਗੀ ਪਰ ਕੰਗਣਾ ਰਣੌਤ ਦਾ ਦਿਖਾਇਆ ਉਹ ਘੋੜਾ ਜਿਹੜਾ ਲੱਕੜ ਦੇ ਘੋੜੇ 'ਤੇ ਝੂਲ ਰਹੀ ਸੀ ਹੁਣ ਵਾਇਰਲ ਵੀ ਬਹੁਤ ਹੋਇਆ ਉਹੀ ਗੱਲ ਆ ਨਾ ਦੇਖੋ ਐਕਟਰ ਐਕਟਰ ਹੁੰਦਾ ਝੂਠੇ ਸਪ੍ਰਿੰਗਾਂ ਨਾਲ ਪੰਗੇ ਸਿੰਘਾਂ ਨਾਲ ਬਹੁਤ ਵਾਇਰਲ ਹੋਇਆ ਸੀ ਹਾਂ ਯੋਧੇ ਯੋਧਿਆਂ ਨਾਲ ਮਤਲਬ ਯੋਧੇ ਯੋਧੇ ਹੁੰਦੇ ਨੇ ਹੈ ਨਾ ਕੰਗਣਾ ਨੂੰ ਇਸ ਗੱਲ ਦੀ ਸਮਝ ਨਹੀਂ ਗੀ ਔਰ ਉਹਦੀ ਉਹ ਜਿਸ ਤਰੀਕੇ ਨਾਲ ਉਹ ਸਾਰਾ ਕੁਛ ਤੇਜਸ ਇੱਕ ਫਿਲਮ ਸੀਗੀ ਉਹ ਵੀ ਇੱਕ ਸੱਚੀ ਕਹਾਣੀ ਸੀ ਹੈ ਨਾ ਔਰ ਉਹਦੇ 'ਚ ਉਹਨੇ ਇੱਕ ਪੰਜਾਬੀ ਕੁੜੀ ਦਾ ਤੇਜਸ ਗਿੱਲ ਦਾ ਉਹਨੇ ਰੋਲ ਕੀਤਾ ਸੀਗਾ ਉਹ ਫਿਲਮ ਵੀ ਫਲੋਪ ਰਹੀ ਫਲੋਪ ਸੁੱਖ ਨਾਲ ਐਮਰਜੈਂਸੀ ਵੀ ਹੋਣੀ ਆ ਪਰ ਗੱਲ ਇਹ ਆ ਕਿ ਰੌਲਾ ਪਾ ਕੇ ਸਾਡਾ ਨੁਕਸਾਨ ਕਰੂਗੀ ਪੰਜਾਬ ਦੀ ਛਵੀ ਆ ਜਿਹੜੀ ਪੰਜਾਬ ਦੀ ਇੱਕ ਦਿੱਖ ਆ ਨੈਸ਼ਨਲ ਲੈਵਲ 'ਤੇ ਉਹਨੂੰ ਇਹ ਖਰਾਬ ਕਰੂਗੀ ਕਿਉਂਕਿ ਜਦੋਂ ਅਸੀਂ ਜਾਂ ਸਾਡੇ ਸਿੰਘ ਜਾਂ ਸਾਡੀਆਂ ਜਥੇਬੰਦੀਆਂ ਨੂੰ ਰੋਕਣਗੀਆਂ ਤਾਂ ਜਿਵੇਂ ਉਸ ਟਾਈਮ ਬਾਦਲ ਸਾਹਿਬ ਨੇ MSG ਚਲਾਉਣ ਲਈ ਲਾਏ ਸੀਗੇ ਸਰਸੇ ਵਾਲੇ ਦੀ ਫਿਲਮ ਚਲਾਉਣ ਲਈ ਪੁਲਿਸ ਲਾਈ ਸੀ ਹੈ ਨਾ ਉਵੇਂ ਹੁਣ ਇਹਨਾਂ ਨੇ ਇਸ ਫਿਲਮ ਨੂੰ ਚਲਾਉਣ ਲਈ ਪੁਲਿਸ ਲਾਉਣੀ ਆ ਹੈ ਨਾ ਸਾਡੀ ਸਰਕਾਰ ਨੇ ਕਿਉਂਕਿ ਸਰਕਾਰ ਦਾ ਤਾਂ ਫਰਜ਼ ਆ ਨਾ ਕਿ ਸੈਂਸਰ ਤੋਂ ਪਾਸ ਹੋਈ ਫਿਲਮ ਆ ਜਿਹੜੀ ਉਹ ਉਹਨਾਂ ਨੇ ਚਲਾਉਣੀ ਆ ਅਤੇ ਉਹਦੇ ਜੇ ਕੋਈ ਰੋਕਦਾ ਤਾਂ ਪੁਲਿਸ ਲਾਈ ਜਾਊਗੀ ਜੇ ਹੁਣ ਉਹਦਾ ਵਿਰੋਧ ਕਰਨਗੇ ਤਾਂ ਪੁਲਿਸ ਲਾਠੀਚਾਰਜ ਕਰੂਗੀ ਅਤੇ ਫਿਰ ਤੁਹਾਨੂੰ ਪਤਾ ਰੌਲਾ ਪਊਗਾ ਫਿਲਮਾਂ ਦਾ ਕਿੰਨਾ ਕੁ ਸਿੱਧੇ ਤੌਰ 'ਤੇ ਲੋਕਾਂ 'ਤੇ ਅਸਰ ਪੈਂਦਾ ਕਿੰਨਾ ਕੁ ਨੈਰੇਟਿਵ ਬਿਲਡ ਕਰਨ ਦੇ ਵਿੱਚ ਫਿਲਮਾਂ ਤੁਸੀਂ ਮੰਨਦੇ ਹੋ ਕਿ ਵਾਕਈ ਯੋਗਦਾਨ ਪਾਉਂਦੀਆਂ ਜਾਂ ਜਿਹੜਾ ਬੰਦੇ ਨੇ ਆਪਦੀ ਗੱਲ ਕਹਿਣੀ ਹੁੰਦੀ ਹੈ ਇੱਕ ਫਿਲਮ ਦੇ ਜ਼ਰੀਏ ਉਹ ਕਹਿ ਪਾਉਂਦਾ ਜੀ ਬਿਲਕੁਲ ਅਗਰ ਫਿਲਮ ਬਹੁਤ ਵਧੀਆ ਤਰੀਕੇ ਨਾਲ ਬਣੀ ਵੀ ਆ ਅਗਰ ਫਿਲਮ ਦਾ ਰਾਈਟਰ ਡਾਇਰੈਕਟਰ ਬਹੁਤ ਸਿਆਣੇ ਨੇ ਔਰ ਬੜੀ ਸਟੀਕ ਫਿਲਮ ਆ ਤਾਂ ਉਹਦਾ ਜ਼ਰੂਰ ਅਸਰ ਹੁੰਦਾ ਅਸੀਂ ਮੁੰਨਾ ਭਾਈ MBBS ਹੋਵੇ ਚਾਹੇ 3 Idiots ਹੋਵੇ ਹੈ ਨਾ ਇਹ ਸਾਰੀਆਂ ਫਿਲਮਾਂ ਦਾ ਅਸਰ ਅਸੀਂ ਦੇਖਿਆ ਈਵਨ ਕਿ ਜੋਰਾ ਦਾ ਵੀ ਦੀਪ ਦਾ ਜੋ ਇਮੇਜ ਸੀਗੀ ਉਹ ਸਾਰੀ ਜੋਰਾ ਦੀ ਬਿਲਡ ਕੀਤੀ ਹੋਈ ਸੀ ਜਿਹੜੇ ਉਹ ਬੋਲਦਾ ਸੀ ਹੈ ਨਾ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਫਿਲਮ ਦੇਖੀ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਉੱਡਣ ਵਾਲੇ ਨੂੰ ਅਸਮਾਨ ਇਹ ਜੋਰਾ ਦਾ ਡਾਇਲੋਗ ਆ ਹੈ ਨਾ ਜਾਂ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ ਹੈ ਨਾ ਉਹ ਸਾਰੀਆਂ ਗੱਲਾਂ ਦੀਪ ਨੂੰ ਦੀਪ ਸਿੱਧੂ ਕਿਸਾਨ ਅੰਦੋਲਨ ਵੇਲੇ ਕਹਿਣ ਲੱਗੇ ਉਦੋਂ ਪਹਿਲਾਂ ਤਾਂ ਉਹਨੂੰ ਜੋਰਾ ਹੀ ਕਹਿੰਦੇ ਸੀ ਇਸ ਕਰਕੇ ਉਹਦਾ ਇੱਕ ਅਸਰ ਸੀਗਾ ਜਿਹੜਾ ਲੋਕਾਂ 'ਤੇ ਪਿਆ ਹੈ ਨਾ ਦੂਸਰੇ ਪਾਸੇ ਜਿਹੜੀਆਂ ਸਾਡੀਆਂ ਹੋਰ ਰਾਜਨੀਤਿਕ ਫਿਲਮਾਂ ਨੇ ਜਿਵੇਂ ਇੱਕ ਐਮਰਜੈਂਸੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਗੁਲਜ਼ਾਰ ਸਾਹਿਬ ਦੀ ਇੱਕ ਫਿਲਮ ਸੀ ਆਂਧੀ ਉਹ ਵੀ ਇੰਦਰਾ ਗਾਂਧੀ ਦੀ ਜ਼ਿੰਦਗੀ 'ਤੇ ਹੀ ਆਧਾਰਿਤ ਸੀਗੀ ਉਹਦੇ ਵਿੱਚ ਸੁਚਿਤਰਾ ਸੇਨ ਦਾ ਜਿਹੜਾ ਕਰੈਕਟਰ ਸੀ ਉਹ ਇੰਦਰਾ ਗਾਂਧੀ ਦੇ ਰੋਲ ਤੋਂ ਹੀ ਪ੍ਰਭਾਵਿਤ ਸੀਗਾ ਉਹਨੂੰ ਵੀ ਉਦੋਂ ਰੁਕਵਾਇਆ ਸੀਗਾ ਸੰਜੇ ਗਾਂਧੀ ਨੇ ਹੈ ਨਾ ਇਸ ਕਰਕੇ ਫਿਲਮਾਂ ਜਿਹੜੀਆਂ ਨੇ ਉਹ ਸਟੇਟ ਨੂੰ ਵੀ ਡਰਾਉਂਦੀਆਂ ਨੇ ਲੋਕਾਂ ਨੂੰ ਜਗਾਉਂਦੀਆਂ ਵੀ ਨੇ ਪ੍ਰਭਾਵਿਤ ਵੀ ਕਰਦੀਆਂ ਨੇ ਇਸ ਗੱਲ ਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ ਪਰ ਫਿਲਮਾਂ ਵਿਗਾੜਦੀਆਂ ਵੀ ਬਹੁਤ ਕੁਛ ਨੇ ਝੂਠ ਜਿੱਦਾਂ ਕਸ਼ਮੀਰ ਫਾਈਲ ਬਹੁਤ ਝੂਠੀ ਫਿਲਮ ਆ ਜਾਂ ਕੇਰਲਾ ਸਟੋਰੀ ਬਹੁਤ ਝੂਠੀ ਫਿਲਮ ਆ ਹੈ ਨਾ ਜਾਂ ਈਵਨ ਕਿ ਉਰੀ ਵੀ ਫਿਲਮ ਸੀ ਜਿਹੜੀ ਉਹ ਵੀ ਬਹੁਤ ਹੱਦ ਤੱਕ ਝੂਠੀ ਫਿਲਮ ਸੀਗੀ ਮੋਦੀ ਸਾਹਿਬ ਦਾ ਵੀ ਬਿਆਨ ਆਇਆ ਸੀ ਕਹਿੰਦੇ ਕਿ ਅਸੀਂ ਦੇਖੋ ਸਰਜੀਕਲ ਸਟ੍ਰਾਈਕ ਕੀਤੀ ਹਾਂ ਇਹੋ ਜਿਹੇ ਗੱਪ ਬਹੁਤ ਨੇ ਜੇ ਆਪਣਾ ਚਾਈਨਾ ਨਾਲ ਗੱਲ ਕਰਨ ਨਾ ਫਿਰ ਜਿਹੜਾ ਅੰਦਰ ਆ ਕੇ ਪਿੰਡਾਂ ਦੇ ਪਿੰਡ ਵਸਾ ਕੇ ਬੈਠਾ ਚਾਈਨਾ ਦੇ ਨਾਂ 'ਤੇ ਇਹ ਕੋਈ ਬਿਆਨ ਨਹੀਂ ਦਿੰਦੇ ਉਹਨਾਂ ਨੂੰ ਲੱਗਦਾ ਪਾਕਿਸਤਾਨ ਇੱਕ ਛੋਟਾ ਦੇਸ਼ ਆ ਉਹਦੇ ਖਿਲਾਫ ਝੂਠ ਤੂਫਾਨ ਕਰ ਲੈਂਦੇ ਆ ਸਾਡੇ ਲੋਕ ਆ ਜਿਹੜੇ ਉਹ ਕ੍ਰਿਕਟ ਮੈਚ ਤੋਂ ਲੈ ਕੇ ਹਰ ਗੱਲ ਦੇ ਵਿੱਚ ਪਾਕਿਸਤਾਨ ਦੇ ਵਿਰੋਧੀ ਬਣ ਕੇ ਖੜ ਜਾਂਦੇ ਆ ਸਭ ਤੋਂ ਵੱਡੀ ਮਾਰਕੀਟ ਵੀ ਆ ਕਿਉਂਕਿ ਮਾਰਕੀਟ ਵੀ ਆ ਇਹ ਜੇ ਜਿੰਨਾ ਚਿਰ
ਦੋਨਾਂ ਦੇਸ਼ਾਂ ਦੀ ਇਹ ਲੜਾਈ ਨੂੰ ਮਤਲਬ ਹਵਾ ਨਹੀਂ ਦਿੱਤੀ ਜਾਣੀ, ਉਹਨਾਂ ਚਿਰ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਇਹ ਵਿਕਣੀਆਂ ਨੇ। ਤਾਂ ਤੁਸੀਂ ਜੋਰਾ ਜਦੋਂ ਫਿਲਮ ਬਣਾਈ ਅਮਰਜੀਤ ਜੀ, ਉਦੋਂ ਤੁਸੀਂ ਵੀ ਕੁਛ ਸੋਚ ਰਹੇ ਸੀ ਕਿ ਕਿਹੜੀਆਂ ਚੀਜ਼ਾਂ ਨੂੰ ਵੱਡੇ ਕਰਨਾ, ਕਿਹੜੀਆਂ ਚੀਜ਼ਾਂ ਨੂੰ ਛੋਟੀਆਂ ਕਰਨਾ, ਜਾਂ ਕਿਹੜੀ ਅਸੀਂ ਆਈਡੀਓਲੋਜੀ ਜਿਹੜੀ ਲੈ ਕੇ ਜਾਣੀ ਹੈ ਲੋਕਾਂ ਤੇ, ਜਿਹੜੀ ਦਿਮਾਗ ਤੇ ਅਸਰ ਕਰੇ? ਬਿਲਕੁਲ ਜੀ, ਮੈਂ ਬਹੁਤ ਸੁਚੇਤ ਲੈਵਲ 'ਤੇ ਉਹ ਫਿਲਮ ਬਣਾਈ ਸੀ, ਕਿਉਂਕਿ ਤੁਸੀਂ ਇੱਕ ਨਾਂ ਸੁਣਿਆ ਹੋਣਾ ਜਦੋਂ ਪੰਜਾਬ ਦੇ ਗੈਂਗਸਟਰਾਂ ਦੀ ਗੱਲ ਕਰਦੇ ਆ ਤਾਂ ਪ੍ਰਭਜਿੰਦਰ ਸਿੰਘ ਡਿੰਪੀ ਡਿੰਪੀ ਚੰਦਭਾਨ ਦਾ ਜ਼ਿਕਰ ਆਉਂਦਾ। ਡਿੰਪੀ ਸਾਡਾ ਸੀਨੀਅਰ ਸੀ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ, ਮੇਰੇ ਉਹ 3 ਸਾਲ ਜਾਂ 2 ਸਾਲ ਸੀਨੀਅਰ ਸੀ ਮੈਥੋਂ, 22 ਕਹਿੰਦੇ ਹੁੰਦੇ ਸੀ ਅਸੀਂ ਉਹਨਾਂ ਨੂੰ। ਉਸ ਤੋਂ ਬਾਅਦ ਉਹ ਹੋਰ ਲਾਈਨ 'ਤੇ ਚਲੇ ਗਏ ਹੈ ਨਾ, ਉਹ ਫਿਰ ਫੜੇ ਗਏ, ਫਿਰ ਉਹ ਬਠਿੰਡਾ ਜੇਲ੍ਹ 'ਚ ਰਹੇ ਹੈ ਨਾ, ਔਰ ਲੋਕ ਉੱਥੇ ਉਹਨਾਂ ਨੂੰ ਮਿਲ ਕੇ ਆਉਂਦੇ ਹੁੰਦੇ ਸੀਗੇ। ਮੇਰਾ ਇੱਕ ਦੋਸਤ ਆ ਵਿੱਕੀ, ਉਹ ਢੋਲ ਅਤੇ ਭੰਗੜਾ ਸਿਖਾਉਂਦਾ, ਢੋਲ ਵਜਾ ਕੇ ਉਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਭੰਗੜਾ ਸਿਖਾਉਂਦਾ ਹੁੰਦਾ। ਉਹ ਅੰਦਰ ਜਦੋਂ ਜਾਂਦਾ ਤਾਂ ਬਾਹਰ ਆ ਕੇ ਮੈਨੂੰ ਦੱਸਦਾ ਕਿ ਵੀ ਆਪਣੇ ਡਿੰਪੀ ਬਾਈ ਦੀ ਅੰਦਰ ਬੜੀ ਟੌਹਰ ਆ, ਵੀ ਉਹ ਐਂ ਰਾਜਿਆਂ ਵਾਂਗੂ ਰਹਿੰਦੇ ਨੇ। ਫਿਰ ਇੱਕ ਦਿਨ ਕੀ ਹੋਇਆ ਕਿ ਡਿੰਪੀ ਬਾਈ ਰਿਹਾਅ ਹੋਏ ਤਾਂ ਰਜਿੰਦਰਾ ਕਾਲਜ ਦੇ ਸਾਹਮਣੇ ਜੇਲ੍ਹ ਹੁੰਦੀ ਸੀ, ਹੁਣ ਤਾਂ ਬਾਹਰ ਚਲੀ ਗਈ ਬਠਿੰਡੇ ਵਾਲੀ ਜੇਲ੍ਹ, ਅਤੇ ਉੱਥੇ ਹੀ ਮੇਰਾ ਘਰ ਆ, ਅਤੇ ਉਹ ਸਾਰੀਆਂ ਗਲੀਆਂ ਭਰੀਆਂ ਹੋਈਆਂ ਲੋਕ ਲੱਖਾਂ ਦੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਉੱਥੇ। ਅਤੇ ਮੈਂ ਲੰਘ ਰਿਹਾ ਸੀ ਉੱਥੋਂ, ਅਤੇ ਮੈਂ ਪੁੱਛਿਆ ਵੀ ਕੀ ਹੋ ਗਿਆ, ਸਾਰੇ ਜਾਣਦੇ ਸੀ, ਤਾਂ ਮੈਨੂੰ ਇੱਕ ਮੁੰਡਾ ਕਹਿੰਦਾ ਤੈਨੂੰ ਨਹੀਂ ਪਤਾ, ਮੈਂ ਨਾ, ਕਹਿੰਦਾ ਡਿੰਪੀ ਬਾਈ ਰਿਹਾਅ ਹੋ ਰਿਹਾ। ਤਾਂ ਮੇਰੇ ਇੱਕਦਮ ਤਾਰ ਖੜਕੀ ਕਿ ਜਿਹੜਾ ਬੰਦਾ ਅੱਜ ਤੋਂ 8-9-10 ਸਾਲ ਪਹਿਲਾਂ, 15 ਸਾਲ ਪਹਿਲਾਂ ਕਾਲਜ ਦੇ ਵਿੱਚ ਇਸ ਲੈਵਲ 'ਤੇ ਸੀ, ਉਹ ਸਾਡਾ ਤਾਂ ਚਲੋ 22 ਸੀਗਾ ਕਿਉਂਕਿ ਸੀਨੀਅਰ ਨੂੰ ਆਪਾਂ ਕਹਿ ਹੀ ਦਿੰਦੇ, ਹੁਣ ਉਹ ਇੰਨੀ ਦੁਨੀਆ ਇਕੱਠੀ ਆ, ਰਾਜਨੀਤਿਕ ਲੋਕ ਖੜ੍ਹੇ ਨੇ, MLA ਖੜ੍ਹੇ ਨੇ, ਜ਼ਿਲ੍ਹਿਆਂ ਦੇ ਪ੍ਰਧਾਨ ਖੜ੍ਹੇ ਨੇ, ਅਕਾਲੀ ਦਲ ਦੇ ਹੋਰ, ਅਤੇ 22 ਕਿਵੇਂ ਬਣ ਜਾਂਦੇ ਆ? ਉਹ ਉੱਥੋਂ ਨੂੰ ਰਿਹਾਅ ਕਰਕੇ 22 ਨੂੰ ਪਿੰਡ ਲੈ ਕੇ ਗਏ ਚੰਦਭਾਨ ਜੈਤੋ ਰੋਡ 'ਤੇ, ਮਤਲਬ ਲਾਈਨ ਕਾਫਲਾ ਬਣਦਾ ਗਿਆ ਉੱਥੋਂ ਤੱਕ। ਉਹ ਮੈਂ ਜ਼ੋਰਾ 'ਚ ਸੀਨ ਵੀ ਦਿਖਾਇਆ ਜਦੋਂ ਲਾਭ ਹੀਰੇ ਦਾ ਅਖਾੜਾ ਲੱਗਦਾ, ਦੀਪ ਨਿਕਲਦਾ ਬਾਹਰ, ਅਤੇ ਮੇਰੇ ਪਾਪਾ ਮੈਨੂੰ ਕਹਿਣ ਲੱਗੇ ਕਿ ਡਿੰਪੀ, ਉਦੋਂ ਲੱਗਦਾ ਸੀ ਕਿ ਡਿੰਪੀ ਵੋਟਾਂ 'ਚ ਖੜ੍ਹਾ ਹੋਊਗਾ ਕੋਟਕਪੂਰੇ ਤੋਂ, ਕੋਈ ਕਹਿੰਦਾ ਸੀ ਅਕਾਲੀ ਦਲ 'ਚ ਖੜ੍ਹਾ ਹੋਊਗਾ, ਕੋਈ ਕਹਿੰਦਾ ਸੀ ਅਕਾਲੀ ਦਲ ਮਾਨ 'ਚ ਖੜ੍ਹਾ ਹੋਊਗਾ, ਕੋਈ ਕਹਿੰਦਾ ਸੀ ਆਜ਼ਾਦ ਖੜ੍ਹਾ ਮਾਨ ਸਾਹਿਬ ਦੇ ਰਿਸ਼ਤੇਦਾਰ। ਹਾਂ, ਐਕਚੁਲੀ ਡਿੰਪੀ ਵੱਧ ਸੀਟਾਂ ਮੰਗ ਰਿਹਾ ਸੀਗਾ ਹੈ ਨਾ, ਜਿਹੜੀਆਂ ਉਹਨੂੰ ਨਹੀਂ ਦਿੱਤੀਆਂ ਗਈਆਂ, ਅਤੇ ਇਕੱਲਾ ਉਹ ਖੜ੍ਹਾ ਨਹੀਂ ਹੋਇਆ, ਅਤੇ ਜਿਹੜੀ ਸਾਨੂੰ ਉਦੋਂ ਖਬਰ ਸੀ ਪਤਾ ਲੱਗੀ, ਤਾਂ ਮੇਰੇ ਪਾਪਾ ਜੀ ਮੈਨੂੰ ਕਹਿੰਦੇ ਯਾਰ ਡਿੰਪੀ ਨਾ ਗਲਤ ਕਰ ਰਿਹਾ, ਉਹਨੂੰ ਕਿਸੇ ਨਾ ਕਿਸੇ ਪਾਰਟੀ 'ਚ ਚਲੇ ਜਾਣਾ ਚਾਹੀਦਾ, ਅਦਰਵਾਈਜ਼ ਨਾ ਤੀਜੀ ਧਿਰ ਨਹੀਂ ਖੜ੍ਹੀ ਹੋਣ ਦਿੰਦੀਆਂ ਪਾਰਟੀਆਂ, ਹੁਣ ਕਾਂਗਰਸ ਅਤੇ ਅਕਾਲੀ ਹੈਗੇ ਆ, ਇਹਨਾਂ 'ਚ ਤੀਜੀ ਧਿਰ ਨਹੀਂ ਖੜ੍ਹੀ ਹੋਣ ਦਿੰਦੇ, ਇਹ ਉਹ ਧੋਖਾ ਖਾਊਗਾ। ਬਾਕੀ ਕਹਿੰਦੇ ਨਾਲੇ ਹੁਣ ਉਹਨੇ ਸਾਰੇ ਪਾਠ ਆ ਜਿਹੜੇ ਉਹ ਤਾਂ ਪੜ੍ਹ ਲਏ। ਉਹਨਾਂ ਨੇ ਫਿਰ ਮੈਨੂੰ ਇਹ ਗੱਲ ਕਹੀ ਕਿ ਇੱਕ ਕਹਾਵਤ ਹੈ ਕਿ ਪੋਲੀਟਿਕਸ ਇਜ਼ ਦਾ ਲਾਸਟ ਰਿਫਿਊਜ਼ ਆਫ ਦਾ ਸਕਾਉਂਡਰਲਸ, ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ। ਉਹ ਕਹਿੰਦੇ ਡਿੰਪੀ ਨੇ ਸਾਰੇ ਕੁਛ ਤਾਂ ਕਰ ਲਿਆ, ਹੁਣ ਇਹਨੂੰ ਚੁੱਪ ਕਰਕੇ ਰਾਜਨੀਤੀ 'ਚ ਚਲੇ ਜਾਣਾ ਚਾਹੀਦਾ, ਅਦਰਵਾਈਜ਼ ਇਹ ਧੋਖਾ ਖਾਊਗਾ। ਉਹੀ ਗੱਲ ਹੋਈ ਉਦੋਂ 3-4 ਮਹੀਨਿਆਂ ਬਾਅਦ ਡਿੰਪੀ ਬਾਈ ਦਾ ਮਰਡਰ ਹੋ ਗਿਆ। ਇਹ ਗੱਲ ਆ ਜਿਹੜੀ, ਇਹ ਮੇਰੀ ਫਿਲਮ ਦਾ ਧੁਰਾ ਬਣੀ, ਇਸ ਗੱਲ ਨੂੰ ਮੈਂ ਸੁਚੇਤ ਰੂਪ ਦੇ ਵਿੱਚ ਦਿਖਾਇਆ। ਪਰ ਮੈਂ ਕਿਉਂਕਿ ਫਿਲਮ ਅੱਗੇ ਲੈ ਕੇ ਜਾਣੀ ਸੀ, ਇਸ ਕਰਕੇ ਮੈਂ ਦੀਪ ਨੂੰ ਮਰਦੇ ਨਹੀਂ ਦਿਖਾਇਆ, ਅਟੈਕ ਦਿਖਾਇਆ ਉਹ ਜਿੱਥੇ ਕੁੜੀ ਮਰ ਜਾਂਦੀ ਹੈ, ਕਿਉਂਕਿ ਮੈਂ ਪੰਜਾਬ ਦੀ ਰਾਜਨੀਤੀ 'ਤੇ ਹੋਰ ਵੀ ਗੱਲਾਂ ਕਰਨੀਆਂ ਸੀ, ਇਸ ਕਰਕੇ ਮੈਂ ਜੋਰਾ ਸੈਕਿੰਡ ਚੈਪਟਰ ਬਣਾਈ। ਜੇ ਦੀਪ
ਸਾਡੇ ਵਿਚਕਾਰ ਹੁੰਦਾ ਤਾਂ ਥਰਡ ਵੀ ਬਣਦਾ, ਫੋਰਥ ਵੀ ਬਣਦਾ, ਪਰ ਉਹ ਸੁਚੇਤ ਰੂਪ ਦੇ ਵਿੱਚ ਇੱਕ ਰਾਜਨੀਤਿਕ ਫਿਲਮ ਆ ਜਿਹਦੇ 'ਚ ਮੈਂ ਜਿਹੜੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਉਹ ਸਮਝ ਆਉਂਦੀਆਂ ਨੇ, ਸਿੱਧੇ ਸਾਫ਼ ਤੌਰ 'ਤੇ ਸਪਸ਼ਟ ਕਰ ਦਿੱਤੀਆਂ ਬਿਲਕੁਲ। ਪਰ ਜਿਸ ਤਰੀਕੇ ਨਾਲ ਕੰਗਨਾ ਦਾ ਕਰੈਕਟਰ, ਤੁਹਾਨੂੰ ਲੱਗਦਾ ਕਿ ਇਹ ਤਾਂ ਚਲੋ ਟ੍ਰੇਲਰ ਆਏ, ਇਹਦੇ ਵਿੱਚ ਕਾਫ਼ੀ ਤੁਹਾਨੂੰ ਲੱਗਦਾ ਕਾਫ਼ੀ ਛੇੜਛਾੜ ਕੀਤੀ ਹੋਈ ਗਈ ਹੋਊਗੀ ਜਦੋਂ ਮੂਵਮੈਂਟ ਦਾ ਦੌਰ ਸੀਗਾ, ਉਹਨਾਂ ਚੀਜ਼ਾਂ ਦੇ ਨਾਲ ਵੀ ਕਾਫ਼ੀ ਛੇੜਛਾੜ ਤਾਂ ਕੀਤੀ ਹੋਊਗੀ। ਅਸੀਂ ਸਿੱਖਾਂ ਦੀ ਇਸ ਚੀਜ਼ 'ਤੇ ਦਾ ਖਦਸ਼ਾ ਹੈ ਖਾਸ ਤੌਰ 'ਤੇ ਸਿੱਖਾਂ ਨੂੰ ਜਾਂ ਸਿੱਖ ਜਥੇਬੰਦੀਆਂ ਨੂੰ ਕਿ ਸਿੱਖਾਂ ਦੀ ਇਮੇਜ ਨੂੰ ਡੈਂਟ ਪਾਉਣ ਵਾਲੀ ਫਿਲਮ ਹੋਊਗੀ ਕੰਗਨਾ। ਬਿਲਕੁਲ ਜੀ, ਇਸੇ ਕਰਕੇ ਹੀ ਅਸੀਂ ਬੋਲ ਰਹੇ ਹਾਂ ਕਿ ਉਦੋਂ ਪਹਿਲਾਂ ਦਿਖਾਇਆ ਜਾਵੇ, ਕਿਉਂਕਿ SGPC ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਸੀਗਾ ਕਿ ਗਿੱਪੀ ਹੋਰਾਂ ਦੀ ਫਿਲਮ ਆ ਜਿਹੜੀ ਅਰਦਾਸ ਸਰਬਤ ਦੇ ਭਲੇ ਦੀ, ਉਹ ਵੀ SGPC ਨੇ ਕਿਹਾ ਕਿ ਸਾਨੂੰ ਦਿਖਾਓ, ਹੈ ਨਾ। ਜਾਂ ਰਜਨੀ ਆ ਫਿਲਮ, ਉਹਦੇ 'ਤੇ ਵੀ ਕਿੰਤੂ ਪਰੰਤੂ ਹੋ ਰਹੇ ਆ ਕਿ ਉਹ ਸੱਚੀ ਘਟਨਾ ਨਹੀਂ, ਕਦੇ ਨਹੀਂ ਵਾਪਰੀ, ਹੈ ਨਾ। ਜੇ ਪੰਜਾਬੀ ਫਿਲਮਾਂ 'ਤੇ ਇਸ ਕਿਸਮ ਦਾ SGPC ਐਕਸ਼ਨ ਲੈ ਰਹੀ ਆ ਤਾਂ ਹਿੰਦੀ ਫਿਲਮ ਜਿਹੜੀ ਇੱਕ ਸਾਡੇ ਵਿਰੋਧੀਆਂ ਦੀ ਬਣਾਈ ਹੈ ਉਹਦੇ 'ਤੇ ਬਹੁਤ ਸਖ਼ਤ ਐਕਸ਼ਨ ਲੈਣਾ ਚਾਹੀਦਾ। ਜਦੋਂ ਕਿ ਖਾਲੜਾ ਸਾਹਿਬ ਵਾਲੀ ਫਿਲਮ ਦਾ ਵੀ ਉਹ ਮਤਲਬ ਸਾਡੇ ਸਾਹਮਣੇ ਆ ਸਾਰਾ ਕੁਛ, ਹੈ ਨਾ। ਇੱਕ ਮਿੰਟ ਮੈਂ ਜਿਹੜੀ ਗੱਲ ਕੰਪਲੀਟ ਕਰੋ, ਸਾਨੂੰ ਜਿਹੜਾ ਅਸੀਂ ਪੜ੍ਹਿਆ ਜਾਂ ਸੁਣਿਆ, ਸਾਨੂੰ ਅਸੀਂ ਵੀ ਛੋਟੇ ਸੀਗੇ ਉਸ ਟਾਈਮ 84 ਵੇਲੇ, ਸਾਨੂੰ ਇਹ ਗੱਲ ਪੜ੍ਹੀ ਆ ਅਸੀਂ ਤਾਂ ਸੁਣੀ ਆ ਕਿ ਖਾਲਿਸਤਾਨ ਜਿਹੜਾ ਸ਼ਬਦ ਆ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਨਹੀਂ ਵਰਤਿਆ, ਉਹਨਾਂ ਨੇ ਕਿਤੇ ਨਹੀਂ ਇਹ ਸ਼ਬਦ ਵਰਤਿਆ, ਹੈ ਨਾ, ਕਿ ਸਾਨੂੰ ਚਾਹੀਦਾ ਜਾਂ ਅਸੀਂ ਬਣਾਉਣਾ। ਉਹ ਇਹ ਕਹਿੰਦੇ ਹੁੰਦੇ ਵੀ ਜੇ ਅੱਗੇ ਵੀ ਜੇ ਦੇ ਦੂਗੀ ਸਰਕਾਰ ਤਾਂ ਅਸੀਂ ਨਾ ਨਹੀਂ ਕਰਦੇ, ਹਾਂ ਮਨਾ ਨਹੀਂ ਕਰਦੇ। ਇਹ ਗੱਲ ਉਦੋਂ ਜੇ ਪਹਿਲਾਂ ਜਾਈਏ ਇੱਕ ਮਿੰਟ ਲਈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ, ਮੁਸਲਮਾਨਾਂ ਨੇ ਪਾਕਿਸਤਾਨ ਲੈ ਲਿਆ, ਸਾਡੇ ਜਿਹੜੇ ਸਿੱਖ ਸੀਗੇ ਮਾਸਟਰ ਤਾਰਾ ਸਿੰਘ ਅਤੇ ਹੋਰ ਜੋ ਆਗੂ ਸੀ ਉਹਨਾਂ ਨੇ ਨਹਿਰੂ ਨੂੰ ਕਿਹਾ ਕਿ ਅਸੀਂ ਇੰਡੀਆ ਦੇ ਨਾਲ ਹਾਂ, ਪਰ ਸਾਡੇ ਵਿਦਵਾਨ ਸਾਡੇ ਬਹੁਤ ਰਾਜਨੀਤਿਕ ਜਿਹੜੇ ਵੱਡੇ ਆ ਉਹ ਇਹ ਕਹਿੰਦੇ ਨੇ ਕਿ ਸਿੱਖਾਂ ਦੀ ਇਹ ਗਲਤੀ ਸੀ ਉਸ ਵੇਲੇ, ਉਹਨਾਂ ਨੂੰ ਲੈ ਲੈਣਾ ਚਾਹੀਦਾ ਸੀ। ਇੱਥੋਂ ਤੱਕ ਕਿ ਮੈਂ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਬਿਆਨ ਇਹ ਵੀ ਸੁਣਿਆ ਸੀਗਾ ਕਿ ਜੇ ਸਾਡੇ ਕੋਲ ਕੋਈ ਸਿੱਖ ਲੀਡਰ ਜਨਾਹ ਜਿੰਨਾ ਸਿਆਣਾ ਹੁੰਦਾ ਤਾਂ ਉਹ ਜ਼ਰੂਰ ਸਿੱਖਾਂ ਲਈ ਵੀ ਇੱਕ ਅੱਡ ਦੇਸ਼ ਲੈ ਲੈਂਦਾ। ਉਹ ਦੀਪ ਬਾਰੇ ਬੋਲਦੇ ਕਿਹਾ ਸੀ ਕਿ ਜੇ ਦੀਪ ਸਿੱਧੂ ਉਸ ਵਕਤ ਹੁੰਦਾ, ਜਨਾਹ ਦੇ ਬਰਾਬਰ ਦਾ ਸਿਆਣਾ ਬੰਦਾ ਇਹ, ਤਾਂ ਇਹਨਾਂ ਨੇ ਸਿੱਖਾਂ ਲਈ ਵੀ ਲੈ ਲੈਣਾ ਸੀ। ਪਰ ਚਲੋ ਉਹ ਇੱਕ ਅੱਡ ਗੱਲ ਆ, ਅਸੀਂ ਬਹੁਤ ਇਮਾਨਦਾਰੀ ਨਾਲ ਇਸ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ, ਤਿਰੰਗੇ ਝੰਡੇ ਲਈ ਕੁਰਬਾਨੀਆਂ ਕੀਤੀਆਂ, ਫੌਜ ਦੇ ਵਿੱਚ ਸਾਰੇ ਕਿਤੇ ਸਾਡੀਆਂ ਕੁਰਬਾਨੀਆਂ ਨੇ ਸਿੱਖਾਂ ਦੀਆਂ। ਦੇਸ਼ ਭਗਤੀ ਸਿੱਖਾਂ ਦੀ ਤਾਂ ਕੋਈ ਕਿੰਤੂ ਨਹੀਂ ਕਰ ਸਕਦਾ, ਆਜ਼ਾਦੀ ਦੀ ਲੜਾਈ ਦੇ ਵਿੱਚ ਜੋ ਸਿੱਖਾਂ ਦਾ ਯੋਗਦਾਨ ਆ 80% ਕੁਰਬਾਨੀਆਂ ਨੇ ਜਿਹੜੀਆਂ ਉਹ ਪੰਜਾਬੀਆਂ ਦੀਆਂ ਨੇ। ਇਹਦੇ ਬਾਵਜੂਦ ਵੀ ਤੁਸੀਂ ਇੰਨੇ ਸਾਲਾਂ ਬਾਅਦ ਸਾਨੂੰ ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਤੁਸੀਂ ਜ਼ਲੀਲ ਕਰਦੇ ਹੋ, ਤੁਸੀਂ ਹਟਦੇ ਨਹੀਂ। ਔਰ ਉਹੀ ਡਾਇਲਾਗ ਜਿਹੜਾ ਆਉਂਦਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ, ਇਹ ਗੱਲ ਆ ਜਿਹੜੀ ਇਹ ਹੁਣ ਧੱਕੇ ਨਾਲ ਪਾਈ ਵੀ ਗੱਲ ਆ, ਇਹ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇਹ ਪੰਗੇ ਖੜੇ ਕਰਨਗੀਆਂ। ਗੱਲ ਸਾਹਿਬ ਤੁਸੀਂ ਸਵਾਲ ਚੁੱਕੇ ਇਹਦੇ ਉੱਪਰ, ਤੁਸੀਂ ਵੀ ਟਵੀਟ ਕੀਤਾ ਇਹਦੇ ਉੱਪਰ, ਤੁਸੀਂ ਬਿਆਨ ਵੀ ਦਿੱਤਾ ਇਹਦੇ 'ਤੇ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹਦੇ 'ਤੇ ਤੁਸੀਂ ਇਤਰਾਜ਼ ਜਤਾਇਆ, ਉਸ ਤੋਂ ਬਾਅਦ ਤੁਹਾਨੂੰ ਰਿਐਕਸ਼ਨ ਕੀ ਆਏ ਉਸ ਚੀਜ਼? ਇਹ ਬਹੁਤ ਹੈਰਾਨੀਜਨਕ ਗੱਲ ਆ ਕਿ ਮੈਨੂੰ ਕੋਈ ਰਿਐਕਸ਼ਨ ਨਹੀਂ ਆਇਆ, ਨਾ ਧਾਮੀ ਸਾਹਿਬ ਦਾ ਕੋਈ ਮੈਨੂੰ ਜਵਾਬ ਆਇਆ। ਇੱਕ ਸਾਡੀ ਸੰਸਥਾ ਹੈ ਪਿਛਲੇ ਦਿਨਾਂ 'ਚ ਉਹਨਾਂ ਦਾ ਬਹੁਤ ਵੱਡਾ ਇੱਕ ਸਰਕੂਲਰ ਆਇਆ ਸੀਗਾ, ਸਿੱਖ ਜੱਥਾ ਮਾਲਵਾ, 4-5 ਸਫਿਆਂ ਦਾ ਉਹਨਾਂ ਨੇ ਛਪਾ ਕੇ ਭੇਜਿਆ ਸੀਗਾ ਕਿ ਫਿਲਮਾਂ ਵਾਲੇ ਧਿਆਨ ਰੱਖਣ, ਹੈ ਨਾ।
ਉਹਨਾਂ ਨੂੰ ਮੈਂ ਮੇਲ ਕੀਤੀ, ਦੋ ਮੇਲਾਂ ਕੀਤੀਆਂ, ਉਹਨਾਂ ਨੇ ਉਹ ਮੇਲ ਦੇਖੀ ਤੱਕ ਨਹੀਂ, ਕੋਈ ਜਵਾਬ ਨਹੀਂ ਦਿੱਤਾ। ਮੈਂ ਬੜਾ ਹੈਰਾਨ ਹੁੰਦਾ ਕਿ ਜਦੋਂ ਤੁਸੀਂ ਮੇਲ ਹੀ ਨਹੀਂ ਦੇਖਣੀ ਤਾਂ ਐਡਾ ਵੱਡਾ ਜਿਹੜਾ ਤੁਸੀਂ ਸਰਕੂਲਰ ਛਪਾ ਕੇ ਭੇਜਿਆ ਕਿ ਫਿਲਮਾਂ ਵਾਲੇ ਧਿਆਨ ਰੱਖਣ ਸਿੱਖ ਕਿਰਦਾਰਾਂ ਨੂੰ ਦਿਖਾਉਣ ਵੇਲੇ, ਅਤੇ ਕਾਫੀ ਲੰਬਾ ਚੌੜਾ ਸੀਗਾ ਉਹ, ਅਤੇ ਫਿਰ ਫਾਇਦਾ ਕੀ ਹੋਇਆ ਇਸ ਗੱਲ? ਤੁਹਾਨੂੰ ਇਹ ਵੀ ਚੀਜ਼ ਲੱਗਦੀ ਹੈ ਕਿ ਜ਼ੋਰ ਜਿਹੜਾ ਚੱਲਦਾ ਯੂਨੀਅਨਸ ਕਹਿ ਲਓ ਜਾਂ ਫਿਰ ਜਥੇਬੰਦੀਆਂ ਕਹਿ ਲਓ, ਉਹ ਜ਼ੋਰ ਜਿਹੜਾ ਚੱਲਦਾ ਆਪਦੇ ਕ੍ਰਾਈਟੇਰੀਆ ਵਾਲੇ ਬੰਦਿਆਂ ਦੇ ਉੱਪਰ ਹੀ ਚੱਲਦਾ, ਬਾਹਰਲੇ ਪਾਸੇ ਵਾਲਿਆਂ ਨੂੰ ਇੰਨਾ ਇਤਰਾਜ਼ ਨਹੀਂ ਜਿਤਾਇਆ ਜਾਂਦਾ ਕਿਉਂਕਿ ਹਾਂ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਪਹਿਲੀ ਗੱਲ ਤਾਂ। ਜੇ ਉਹਨਾਂ ਨੂੰ ਕਹਿ ਦਈਏ ਟ੍ਰੇਲਰ ਦੇਖੋ ਤਾਂ ਮੈਂ ਬਹੁਤ ਸਾਰੇ ਇਹੋ ਜਿਹੇ ਬੰਦੇ ਵੀ ਦੇਖਿਆ, ਊਂ ਹੈ ਉਹ ਵਿਦਵਾਨ ਬੰਦੇ ਰਾਜਨੀਤਿਕ, ਉਹ ਕਹਿੰਦੇ ਟ੍ਰੇਲਰ ਕੀ ਹੁੰਦਾ, ਫਿਰ ਕਹਿੰਦੇ ਟ੍ਰੇਲਰ ਹੈ ਕਿੱਥੇ, ਉਹਦਾ ਲਿੰਕ ਭੇਜੋ। ਮੈਂ ਕਹਿੰਦਾ ਯਾਰ ਯੂਟਿਊਬ 'ਤੇ ਆ, ਉਹ ਯੂਟਿਊਬ 'ਤੇ ਟ੍ਰੇਲਰ ਭਾਲ ਨਹੀਂ ਸਕਦੇ, ਮੈਨੂੰ ਕਹਿੰਦੇ ਲਿੰਕ ਭੇਜੋ। ਮੈਂ ਕਿਹਾ ਯਾਰ ਟ੍ਰੇਲਰ ਦੇਖ ਲਓ ਉੱਥੇ, ਹੈ ਨਾ। ਇਸ ਕਰਕੇ ਉਹ ਉਨੇ ਚੇਤੰਨ ਨਹੀਂ ਗੇ ਜਿੰਨੇ ਚੇਤਨ ਹੋਣਾ ਚਾਹੀਦਾ। ਤੁਸੀਂ ਜਦੋਂ ਟਵੀਟ ਕੀਤਾ ਤੇ ਰਾਈਟ ਵਿੰਗ ਵਾਲਿਆਂ ਨੇ ਟ੍ਰੋਲ ਵੀ ਕੀਤਾ ਤੁਹਾਨੂੰ? ਬਹੁਤ ਜ਼ਿਆਦਾ ਜੀ, ਬਹੁਤ ਹਜ਼ਾਰਾਂ ਦੀ ਗਿਣਤੀ 'ਚ ਮੈਨੂੰ ਗਾਲਾਂ ਦਿੱਤੀਆਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗਾਲਾਂ ਦਿੱਤੀਆਂ, ਬਹੁਤ ਪੁੱਠਾ ਸਿੱਧਾ ਉਹਨਾਂ ਬਾਰੇ ਬੋਲਿਆ। ਮੈਂ ਬਹੁਤ ਕਿਹਾ ਫੇਸਬੁੱਕ 'ਤੇ ਆ ਕੇ ਆਪਣੇ ਬੰਦਿਆਂ ਨੂੰ ਕਿ ਤੁਸੀਂ ਜਿਹੜਾ ਉਹ ਟਵੀਟਰ 'ਤੇ ਆਓ, ਪਰ ਸਾਡੀ ਜਿਹੜੀ ਆਮ ਬਹੁ ਗਿਣਤੀ 'ਚ ਜਨਤਾ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਹੀ ਵਰਤਣਾ ਜਾਣਦੀ ਆ, ਉਹਨਾਂ ਨੂੰ ਟਵਿੱਟਰ ਵਰਤਣਾ। ਬੋਲ ਕਿਉਂ ਨਹੀਂ ਰਿਹਾ ਕੋਈ, ਜਿਵੇਂ ਤੁਸੀਂ ਖੁੱਲ੍ਹ ਕੇ ਪੂਰਾ ਬੋਲੇ ਹੋ ਵੋਕਲ ਹੋ ਕੇ, ਬੋਲਦਾ ਕਿਉਂ ਨਹੀਂ ਕੋਈ ਇਸ ਇਹੋ ਜਿਹੇ ਮਸਲੇ ਦੇ ਉੱਪਰ? ਇਹਨਾਂ ਨੂੰ ਲੱਗਦਾ ਵੀ ਐਡੀ ਹਲੇ ਕੋਈ ਗੱਲ ਨਹੀਂ ਗੀ, ਕੱਲ੍ਹ ਨੂੰ ਆਹੀ ਸਾਡੀ ਪ੍ਰੋਬਲਮ ਰਹੀ ਆ, ਹਮੇਸ਼ਾ ਹੀ ਰਹੀ ਆ। ਸਾਡੇ ਮੀਂਹਾਂ ਵੇਲੇ ਪਤਾ ਹੁੰਦਾ ਕਿ ਹੜ੍ਹ ਆਊਗਾ, ਪਰ ਜਦੋਂ ਮੀਂਹ ਨਹੀਂ ਪੈ ਰਹੇ ਹੁੰਦੇ ਉਦੋਂ ਤੁਸੀਂ ਕਦੇ ਸਰਕਾਰ ਕੋਈ ਕੰਮ ਕਰਦੀ ਦੇਖੀ ਹੈ ਕਿ ਆਉਣ ਵਾਲੇ ਹੜ੍ਹਾਂ 'ਚ ਅਸੀਂ ਆਹ ਰੋਕ ਕਰਾਂਗੇ? ਲੋਕ ਆਪ, ਮੈਂ ਪਿਛਲੇ ਦਿਨਾਂ 'ਚ ਦੇਖਿਆ ਪਟਿਆਲੇ ਕਿਸੇ ਬੰਦੇ ਨੇ ਆਪਦੇ ਬੈੱਡ ਨੂੰ 3 ਫੁੱਟ ਉੱਚਾ ਕਰ ਲਿਆ, ਆਪਦੇ ਇਹਨਾਂ ਨੂੰ ਇਹਨਾਂ ਦੇ ਹੇਠਾਂ ਲੋਹੇ ਦੇ ਇੰਗਲਾਰਨ ਲਾ ਲਏ। ਹਾਂ, ਪਰ ਸਰਕਾਰ ਨਹੀਂ ਮੈਂ ਦੇਖੀ ਕਿ ਪਟਿਆਲੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੁਛ ਕਰਦੀ ਹੋਵੇ। ਉਹੀ ਗੱਲ ਹੈ, ਹੁਣ ਵੀ ਇਹ ਕੱਲ੍ਹ ਨੂੰ ਜਦੋਂ ਫਿਲਮ ਰਿਲੀਜ਼ ਹੋ ਜੂਗੀ ਜਾਂ ਉਹਦਾ ਕੋਈ ਹੋਰ ਟੀਜ਼ਰ ਆਜੂਗਾ ਜਾਂ ਜਿਹਦੇ 'ਚ ਕੋਈ ਹੋਰ ਸੀਨ ਆਜੂਗਾ, ਉਦੋਂ ਜਦੋਂ ਰੌਲਾ ਪਊਗਾ ਉਦੋਂ ਇਹ ਮਾਈਕ ਫੜ ਕੇ ਉਦੋਂ ਇਹ ਜਿਹੜੇ ਆ ਚੌਧਰ ਘੋਟਣ ਲੱਗ ਜਾਣਗੇ। ਪਰ ਜਦੋਂ ਪਹਿਲਾਂ ਕਹਿ ਰਹੇ ਹਾਂ ਕਿ ਪਹਿਲਾਂ ਗੱਲ ਕਰ ਲਓ ਭਾਈ, ਉਹ ਨਹੀਂ ਇਹਨਾਂ ਨੂੰ ਪਤਾ, ਉਹ ਧਿਆਨ ਹੀ ਨਹੀਂ ਦਿੰਦੇ ਇਸ ਗੱਲ ਕੰਨੀ। ਠੀਕ ਹੈ ਗਿੱਲ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਨੇ, ਰਾਈਟਰ ਵੀ ਨੇ ਅਮਰਦੀਪ ਸਿੰਘ ਗਿੱਲ, ਔਰ ਇਹਨਾਂ ਨੇ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਸਿਨੇਮੇ ਦੀ ਰਾਜਨੀਤੀ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਕਿਸ ਤਰੀਕੇ ਦੇ ਨਾਲ ਜਿਹੜੀਆਂ ਆਪਦੀਆਂ ਗੱਲਾਂ ਹੁੰਦੀਆਂ ਜਾਂ ਆਪਦੇ ਥੋਟ ਨੂੰ ਵੱਡਾ ਕਰਕੇ ਦੂਜਿਆਂ ਤੱਕ ਪਹੁੰਚਾਇਆ ਜਾਂਦਾ, ਇਹ ਸਿਨੇਮੇ ਦੀ ਰਾਜਨੀਤੀ ਹੁੰਦੀ ਹੈ। ਔਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵੀ ਕੁਛ ਇਸ ਤਰ੍ਹਾਂ ਦਾ ਹੀ ਹੋ ਸਕਦੀ ਹੈ, ਕਿਉਂਕਿ ਜਿਹੜਾ ਟ੍ਰੇਲਰ ਆਇਆ ਉਹ ਇਹੋ ਦਰਸਾ ਰਿਹਾ। ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦਾ ਰੂਪ ਧਾਰਿਆ ਹੋਇਆ, ਇੰਦਰਾ ਗਾਂਧੀ ਬਣੇ ਹੋਏ ਆ ਫਿਲਮ ਦੇ ਵਿੱਚ, ਔਰ ਸੰਤ ਭਿੰਡਰਾਂਵਾਲਿਆਂ ਦਾ ਜ਼ਿਕਰ ਕੀਤਾ ਹੋਇਆ, ਉਹਨਾਂ ਨੂੰ ਬਕਾਇਦਾ ਤੌਰ 'ਤੇ ਦਿਖਾਇਆ ਵੀ ਗਿਆ ਫਿਲਮ ਦੇ ਵਿੱਚ। ਇਹਨਾਂ ਚੀਜ਼ਾਂ ਦੇ ਉੱਪਰ ਸਿੱਖ ਜਥੇਬੰਦੀਆਂ ਦੇ ਵਿੱਚ ਇਤਰਾਜ਼ ਹੈ, ਔਰ ਅਮਰਦੀਪ ਗਿੱਲ ਹੋਣਾ ਨੇ ਖਦਸ਼ਾ ਜ਼ਾਹਰ ਕੀਤਾ ਕਿ ਬਹੁਤ ਮਾੜਾ ਇੰਪੈਕਟ ਪਾਏਗੀ ਫਿਲਮ ਔਰ ਮਾਹੌਲ ਖਰਾਬ ਕਰ ਸਕਦੀ ਹੈ, ਇਸ ਕਰਕੇ